ਕਈ ਵਾਰ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਸੁਭਾਗ ਸਮਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਸੋ ਇਸ ਵੇਲੇ ਦੀ ਹਾਜ਼ਰੀ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਲਵਾਈਏ। ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ ਕਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਪਾਵਨ ਪਵਿੱਤਰ ਪਰਿਵਾਰ ਵਿਚਾਰ ਦੇ ਵਿੱਚ ਇਹਨੇ ਦਿਨੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਵਡਹੰਸ ਰਾਗ ਦੇ ਵਿੱਚ ਅਲਾਹਣੀਆਂ ਸਿਰਲੇਖ ਦੇ ਹੇਠ ਦਰਜ ਕੀਤੀ ਹੈ, ਇਹ ਪਾਵਨ ਪਵਿੱਤਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਸੋ ਗੁਰੂ ਸਾਰਿਓ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਨੂੰ ਅੱਜ ਵੀ ਇਕਾਗਰਤਾ ਬਖਸ਼ਣ ਤਾਂ ਜੋ ਅਸੀਂ ਮਹਾਨ ਪਵਿੱਤਰ ਵਿਚਾਰ ਨੂੰ ਸਰਵਣ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਸਕੀਏ। ਸੋ ਗੁਰੂ ਸਾਰਿਓ ਅੱਜ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੋ ਜੀ ਇਕਾਗਰ। ਦੇਵੋ ਅਸੀਸ ਕਹੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਸਤ ਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਤ ਗਾਰੋ ਜਿਨ ਆਪੀ ਨੇ ਆਪ ਸੱਜਿਆ ਸੱਚੜਾ ਅਲੱਖ ਅਪਾਰੂ। ਸੱਚ ਸਿਰੰਦਾ ਸੱਚਾ ਜਾਣੀਐ ਸੱਜੜਾ ਪਰਬਿਤ ਗਾਰੋ ਜਿਨ ਆਪੀ ਨੇ ਆਪ ਸੱਜਿਆ ਸੱਜੜਾ ਅਲੱਖ ਅਪਾਰੂ। ਦੋਏ ਪੁੜ ਜੋੜ ਵਿਛੋੜਿਆਨ ਗੁਰਬਿਨ ਘੋਰ ਅੰਧਾਰੋ। ਸੂਰਜ ਚੰਦ ਸਿਰਜਿਆਨ ਅਹਿਨਿਸ ਚਲਤ ਵਿਚਾਰੂ। ਸੱਜੜਾ ਸਾਹਿਬ ਸੱਚ ਤੂੰ ਸੱਜੜਾ ਸੱਜੜਾ ਸਾਹਿਬ ਸੱਚ ਤੂੰ ਸੱਜੜਾ ਦੇਹ ਪਿਆਰੋ ਰਹਾਉ। ਤੁਧ ਸਿਰ ਜੀ ਮੇਦਨੀ ਦੁੱਖ ਸੁੱਖ ਦੇਵਣ ਹਾਰੋ। ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀਆ ਦੇਹ ਜੀਆਂ ਆਧਾਰੋ। ਕੁਦਰਤ ਤਖਤ ਰਚਾਇਆ ਸੱਚ ਨਬੇੜਨ ਹਾਰੋ।
ਖਾਣੀ ਬਾਣੀ ਤੇਰੀ ਆ ਦੇਹ ਜੀਆਂ ਆਧਾਰੋ ਕੁਦਰਤ ਤਖਤ ਰਚਾਇਆ ਸੱਚ ਨਵੇੜਨ ਹਾਰੋ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੀ ਹੋਈ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਵਡਹੰਸ ਰਾਗ ਮਹੱਲਾ ਪਹਿਲਾ ਦੱਖਣੀ ਇਸ ਪਾਵਨ ਪਵਿੱਤਰ ਬਾਣੀ ਦੇ ਦੋ ਪਦੇ ਦੋ ਬੰਦ ਆਪਾਂ ਸਰਵਣ ਕੀਤੇ ਨੇ। ਇਹਨਾਂ ਹੀ ਬੰਦਾਂ ਦੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਰਹਾਉ ਵਾਲਾ ਬੰਦ ਬਖਸ਼ਿਸ਼ ਕੀਤਾ ਹੈ। ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਉ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਤੂੰ ਸੱਚਾ ਸਾਹਿਬ ਹੈ, ਸੱਚੜਾ ਸਾਹਿਬ ਸੱਚ ਤੂੰ, ਅਤੇ ਤੂੰ ਸਦਾ ਸੱਚ ਹੈ, ਸਦੀਵ ਕਾਲ ਵਾਸਤੇ ਹੈ, ਅਤੇ ਆਪਣੇ ਪਿਆਰਿਆਂ ਨੂੰ ਹਮੇਸ਼ਾ ਪਿਆਰ ਬਖਸ਼ਣ ਵਾਲਾ ਹੈ, ਆਪਣੇ ਪਿਆਰਿਆਂ ਦੇ ਉੱਤੇ ਹਮੇਸ਼ਾ ਕਿਰਪਾ ਦ੍ਰਿਸ਼ਟੀ ਰੱਖਣ ਵਾਲਾ। ਸੋ ਸਤਿਗੁਰੂ ਪਾਤਸ਼ਾਹ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਵੀ ਚੱਲ ਰਹੇ ਪ੍ਰਕਰਮ ਦੇ ਅਨੁਸਾਰ ਜੋ ਜੀਵਨ ਦੀ ਖੇਡ ਹੈ ਇਹਦੇ ਬਾਰੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਨੇ। ਜੋ ਜੀਵਨ ਦੀ ਸੱਚਾਈ ਹੈ, ਜਿਵੇਂ ਅਸੀਂ ਪਰਿਪੂਰਨ ਪਰਮਾਤਮਾ ਤੱਕ ਪਹੁੰਚਣਾ, ਇਸ ਜੀਵਨ ਵਿੱਚ ਰਹਿੰਦਿਆਂ ਹੋਇਆਂ, ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ, ਉਹ ਪਾਵਨ ਪਵਿੱਤਰ ਵਿਚਾਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਕਿਉਂਕਿ ਆਪਾਂ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ ਕਿ ਇਸ ਸੰਸਾਰ ਉੱਤੇ ਸਦੀਵ ਕਾਲ ਵਾਸਤੇ ਕੋਈ ਵੀ ਹੁਣ ਤੱਕ ਨਹੀਂ ਰਹਿ ਪਾਇਆ। ਜਿਹੜੇ ਵੀ ਜੀਵ ਨੇ ਇਸ ਧਰਤੀ ਉੱਤੇ ਜਨਮ ਲਿਆ, ਉਸ ਜੀਵ ਨੂੰ ਇਸ ਧਰਤੀ ਤੋਂ ਜਾਣਾ ਹੀ ਪਿਆ। ਕਿਉਂਕਿ ਬਾਬਾ ਫਰੀਦ ਜੀ ਬਖਸ਼ਿਸ਼ ਕਰਦੇ ਨੇ ਕਿ ਇੰਨੀ ਲੋਇਣੀ ਦੇਖਦਿਆਂ ਕਿਰਤੀ ਚੱਲ ਗਈ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਇਹਨਾਂ ਅੱਖਾਂ ਨਾਲ ਵਹਿੰਦਿਆਂ ਵਹਿੰਦਿਆਂ ਪਤਾ ਨਹੀਂ ਕਿਤਨੀ ਕੁ ਦੁਨੀਆ ਤੁਰ ਗਈ ਹੈ। ਆਪਾਂ ਪਿੱਛੇ ਨੂੰ ਧਿਆਨ ਮਾਰੀਏ ਤਾਂ ਬਹੁਤ ਸਾਡੇ ਐਸੇ ਪਿਆਰੇ ਨੇੜ ਵਾਲੇ ਹੋਣਗੇ, ਸਾਡੇ ਆਪਣੇ ਪਰਿਵਾਰ ਦੇ ਵਿੱਚੋਂ ਜਾਂ ਸਕੇ ਸੰਬੰਧੀ ਜਾਂ ਪਿੰਡ ਦੇ ਵਿੱਚੋਂ ਆਲੇ ਦੁਆਲਿਓਂ। ਜਦੋਂ ਧਿਆਨ ਮਾਰੀ ਦਾ ਕਈ ਵਾਰ ਮਨ ਉਦਾਸ ਜਿਹਾ ਹੋ ਜਾਂਦਾ ਕਿ ਕਿੰਨੀ ਦੁਨੀਆ ਤੁਰ ਗਈ ਹੁਣ ਤੱਕ, ਕਿੰਨੇ ਲੋਕ ਇਸ ਧਰਤੀ ਨੂੰ ਛੱਡ ਕੇ ਚਲੇ ਗਏ। ਅੱਜ ਤੋਂ ਕੋਈ 10-15 ਸਾਲ ਪੁਰਾਣੀ ਕੋਈ ਐਲਬਮ ਵੇਖੇ ਨਾ, ਅਤੇ ਘੱਟੋ ਘੱਟ ਅੱਧੀ ਐਲਬਮ ਵਿਹਲੀ ਹੋ ਗਈ ਹੋਊਗੀ, ਜਿਹੜੇ ਉਸ ਸਮੇਂ ਫੋਟੋਆਂ ਲੱਥੀਆਂ ਹੋਣਗੀਆਂ। ਇੰਨੀ ਦੁਨੀਆ ਹੌਲੀ ਹੌਲੀ ਜਾ ਰਹੀ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਆ, ਇੰਨੀ ਲੋਇਣੀ ਦੇਖਦਿਆਂ ਕਿਤੀ ਚੱਲ ਗਈ, ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਫਰੀਦ ਜੀ ਬਖਸ਼ਿਸ਼ ਕਰਦੇ ਨੇ ਕਿ ਕਲਕ ਤੁਰੀ ਜਾਂਦੀ ਵੇਖ ਕੇ ਹਰੇਕ ਨੂੰ ਆਪੋ ਆਪਣੇ ਸਵਾਰਥ ਦਾ ਖਿਆਲ ਹੈ, ਭਾਵ ਹਰੇਕ ਜੀਵ ਦੁਨੀਆ ਵਾਲੀ ਧੁਨ ਵਿੱਚ ਹੈ, ਮੈਨੂੰ ਵੀ ਆਪਣਾ ਹੀ ਫਿਕਰ ਪਿਆ ਹੋਇਆ ਹੈ। ਇਹ ਜ਼ਿੰਦਗੀ ਦੀ ਹਕੀਕਤ ਹੈ। ਅਤੇ ਜੀਵਨ ਚੱਲਦਿਆਂ ਚੱਲਦਿਆਂ ਜੇ ਕੋਈ ਕਹੇ ਕਿ ਮੈਨੂੰ ਕੋਈ ਸੰਦੇਸ਼ਾ ਨਹੀਂ ਸੀ ਮਿਲਿਆ ਰੱਬ ਦਾ, ਮੈਨੂੰ ਪਰਮਾਤਮਾ ਨੇ ਕੋਈ ਸੁਨੇਹਾ ਨਹੀਂ ਸੀ ਦਿੱਤਾ ਕਿ ਇੱਕ ਦਿਨ ਤੂੰ ਇਸ ਸੰਸਾਰ ਤੋਂ ਕੂਚ ਕਰ ਜਾਵੇਂਗਾ, ਤਾਂ ਬਾਬਾ ਫਰੀਦ ਜੀ ਕਹਿੰਦੇ ਆ ਕਿ ਇਹ ਵੀ ਗੱਲ ਬਿਲਕੁਲ ਗਲਤ ਆ, ਸੱਦੇ ਤਾਂ ਪੈਰ ਪੈਰ 'ਤੇ ਮਿਲਦੇ ਰਹੇ।
ਸੱਦੇ ਤਾਂ ਹਰ ਮੋੜ 'ਤੇ ਮਿਲੇ, ਸੱਦੇ ਤਾਂ ਸਾਨੂੰ ਸਾਡੇ ਸਰੀਰ ਦੇ ਹਾਲਾਤ ਤੋਂ ਹੀ ਮਿਲਦੇ ਰਹੇ। ਬਾਬਾ ਫਰੀਦ ਜੀ ਬਖਸ਼ਿਸ਼ ਕਰਦੇ ਨੇ ਕਿ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਇਹ ਸੱਦੇ ਨਹੀਂ ਆ। ਚੱਬਣ ਤੋਂ ਭਾਵ ਦੰਦ ਚਲੇ ਗਏ ਜੀਵਨ ਜਿਉਂਦਿਆਂ, ਚੱਬਣ ਚੱਲਣ ਚੱਲਣ ਤੋਂ ਭਾਵ ਪੈਰ ਰਹਿ ਗਏ ਜੀਵਨ ਜਿਉਂਦਿਆਂ ਜਿਉਂਦਿਆਂ, ਕੀ ਇਹ ਸੱਦੜਾ ਨਹੀਂ ਹੈ ਕਿ ਸਰੀਰ ਹੌਲੀ ਹੌਲੀ ਖੀਣ ਹੋ ਰਿਹਾ, ਨਾਸ ਹੋ ਰਿਹਾ ਹੈ। ਰਤਨ ਸੇ ਅੱਖਾਂ ਰਹਿ ਗਈਆਂ, ਇਹ ਵੀ ਤਾਂ ਉਸ ਪਰਮਾਤਮਾ ਦਾ ਸੱਦੜਾ ਹੈ ਨਾ ਕਿ ਹੁਣ ਤੂੰ ਵੇਖ ਵੇਖ ਕੇ ਖਾ ਖਾ ਕੇ ਦੰਦ ਘਸਾ ਲੈ, ਚੱਲ ਚੱਲ ਕੇ ਤੇਰੀਆਂ ਲੱਤਾਂ ਜਿਹੜੀਆਂ ਨੇ ਉਹ ਰਹਿ ਗਈਆਂ, ਵੇਖ ਵੇਖ ਕੇ ਅੱਖਾਂ ਜਿਹੜੀਆਂ ਉਹ ਖੀਣ ਹੋ ਗਈਆਂ, ਉਸ ਤਰੀਕੇ ਨਾਲ ਤੈਨੂੰ ਨਜ਼ਰ ਨਹੀਂ ਆ ਰਿਹਾ। ਸੁਨੀਅਰ ਬਹਿ ਗਏ, ਸੁਨੀਅਰ ਤੋਂ ਭਾਵ ਕੰਨ ਵੀ ਤੇਰੇ ਬਹਿ ਗਏ, ਤੇਰੇ ਕੰਨ ਵੀ ਉਸ ਤਰੀਕੇ ਨਾਲ ਹੁਣ ਨਹੀਂ ਸੁਣਦੇ ਜਿਹੜੇ ਤਰੀਕੇ ਨਾਲ ਪਹਿਲਾਂ ਸੁਣਦੇ ਸੀ, ਹੋਰ ਕਿਹੜਾ ਸੱਦੜਾ ਲੈਣਾ। ਪੈਰ ਪੈਰ 'ਤੇ ਸੰਦੇਸ਼ਾ ਮਿਲ ਗਿਆ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਕਹਿੰਦੇ ਨੇ ਕਿ ਸਰੀਰ ਨੇ ਇਹਨਾਂ ਦਾ ਜਾਣਾ ਜਾਣਾ ਵੇਖ ਕੇ ਧਾ ਮਾਰੀ, ਹੇੜੇ ਤੋਂ ਭਾਵ ਸਰੀਰ, ਜਦੋਂ ਇਹ ਚੀਜ਼ਾਂ ਸਾਡੇ ਤੋਂ ਖੁੱਸਦੀਆਂ ਨਾ ਤਾਂ ਅਸੀਂ ਧਾਵਾਂ ਮਾਰਦੇ ਹਾਂ ਕਿ ਸਾਡੇ ਦੰਦ ਕਿੰਨੇ ਵਧੀਆ ਹੁੰਦੇ ਸੀ, ਸਾਡੇ ਪੈਰ ਅਸੀਂ ਜਿੱਥੇ ਮਰਜ਼ੀ ਚੱਲ ਕੇ ਚਲੇ ਜਾਂਦੇ ਸੀ, ਸਾਡੀਆਂ ਅੱਖਾਂ ਦੂਰ ਦੂਰ ਤੱਕ ਵੇਖ ਲੈਂਦੀਆਂ ਸੀ, ਸਾਡੇ ਕੰਨ ਬਰੀਕ ਤੋਂ ਬਰੀਕ ਗੱਲ ਕੋਈ ਥੋੜ੍ਹੀ ਦੂਰ ਵੀ ਕਰਦਾ ਹੋਵੇ ਜਾਂ ਕੋਈ ਭਾਵੇਂ ਮੂੰਹ 'ਚ ਵੀ ਕਰਦਾ ਹੋਵੇ ਅਸੀਂ ਉਹ ਵੀ ਸੁਣ ਲੈਂਦੇ ਸੀ, ਅਤੇ ਜਦੋਂ ਨਹੀਂ ਰਹੇ ਇਹਨਾਂ ਦਾ ਸਾਰਾ ਕੁਝ ਖੀਣ ਹੋ ਗਿਆ ਘਟਦਾ ਗਿਆ, ਤਾਂ ਸਰੀਰ ਨੇ ਧਾ ਮਾਰੀ, ਸਰੀਰ ਰੋ ਪਿਆ ਇਹਨਾਂ ਚੀਜ਼ਾਂ ਨੂੰ ਵੇਖ ਕੇ, ਕਿਉਂਕਿ ਇਹਦੇ ਜਾਨੀ ਚੱਲ ਗਏ ਤੁਰ ਪਏ, ਜਾਨੀ ਤੋਂ ਭਾਵ ਜਿਨ੍ਹਾਂ ਦੇ ਨਾਲ ਇਹਦਾ ਬੜਾ ਗਾੜਾ ਸੰਬੰਧ ਸੀ ਉਹ ਤੁਰ ਗਏ। ਤੋ ਬਾਬਾ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਨੇ ਤਾਂ ਪੈਰ ਪੈਰ 'ਤੇ ਅਹਿਸਾਸ ਕਰਵਾਇਆ, ਹਰ ਮੋੜ 'ਤੇ ਸਾਨੂੰ ਕੋਈ ਨਾ ਕੋਈ ਸਾਡੇ ਜਾਣ ਵਾਲਾ, ਉਹਦੇ ਜਾਣ ਤੋਂ ਸਾਨੂੰ ਸੰਦੇਸ਼ ਮਿਲਿਆ ਕਿ ਤੁਰ ਗਿਆ ਅਸੀਂ ਵੀ ਤੁਰ ਜਾਣਾ, ਬਾਣੀ ਨੇ ਸਾਨੂੰ ਪੈਰ ਪੈਰ 'ਤੇ ਸੰਦੇਸ਼ਾ ਦਿੱਤਾ। ਪਰ ਇਨਸਾਨ ਦੇ ਮਨ ਵਿੱਚ ਇਹੀ ਭੁਲੇਖਾ ਰਹਿੰਦਾ ਹੈ ਕਿ ਪਤਾ ਨਹੀਂ ਲੱਗਾ, ਬਿਨ ਪੁੱਛਿਆਂ ਤੋਂ ਹੀ ਲੈ ਗਿਆ, ਕੋਈ ਪਤਾ ਨਹੀਂ ਲੱਗਾ ਕੀ ਬਣਿਆ, ਅਚਾਨਕ ਹੀ ਹੋ ਗਿਆ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਅਚਾਨਕ ਕੁਝ ਨਹੀਂ, ਇਹ ਤਾਂ ਜੋ ਤੇਰੇ ਨਾਲ ਮਿਥਿਆ ਹੋਇਆ ਸੀ ਸ਼ੁਰੂ ਤੋਂ, ਤੇਰੇ ਜਨਮ ਤੋਂ ਪਹਿਲਾਂ ਤੋਂ ਉਹੀ ਕੋਈ ਤੇਰੇ ਨਾਲ ਹੋਇਆ, ਕੋਈ ਅਣਹੋਣੀ ਨਹੀਂ। ਸੋ ਸਤਿਗੁਰੂ ਪਾਤਸ਼ਾਹ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ, ਵਡਹੰਸ ਮਹੱਲਾ ਪਹਿਲਾ ਦੱਖਣੀ, ਸੱਚ ਸਿਰੰਦਾ ਸੱਚਾ ਜਾਣੀਐ, ਸੱਚੜਾ ਪਰਵਤਗਾਰੂ। ਸਿਰੰਦਾ ਤੋਂ ਭਾਵ ਹੈ ਸਾਨੂੰ ਪੈਦਾ ਕਰਨ ਵਾਲਾ। ਸਤਿਗੁਰੂ ਕਹਿੰਦੇ ਨੇ ਕਿ ਭਰੋਸਾ ਕਰੋ, ਨਿਸ਼ਚਾ ਕਰੋ ਇਸ ਗੱਲ ਦਾ ਕਿ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਸਦਾ ਥਿਰ ਰਹਿਣ ਵਾਲਾ ਹੈ, ਹੋਰ ਕੋਈ ਵੀ ਸਦਾ ਥਿਰ ਰਹਿਣ ਵਾਲਾ ਨਹੀਂ। ਸਾਰੇ ਹੀ ਜਾਣ ਵਾਲੇ ਆ, ਇੱਕ ਨਾ ਇੱਕ ਦਿਨ ਚਲੇ ਜਾਣਗੇ, ਭਾਵੇਂ ਕੋਈ ਜਿੱਡੀ ਮਰਜ਼ੀ ਮਹਾਨ ਹਸਤੀ ਕਿਉਂ ਨਾ ਹੋਵੇ, ਜਿੰਨਾ ਮਰਜ਼ੀ ਪੂਜਨੀਕ ਕਿਉਂ ਨਾ ਹੋਵੇ, ਜਿੰਨਾ ਮਰਜ਼ੀ ਵੱਡਾ ਨਾਮ ਧਰੀਕ ਕਿਉਂ ਨਾ ਹੋਵੇ, ਜਿੰਨਾ ਮਰਜ਼ੀ ਵੱਡਾ ਧਨਾੜ ਕਿਉਂ ਨਾ ਹੋਵੇ, ਪਰ ਜੇ ਸਦਾ ਸੱਚ ਰਹਿਣ ਵਾਲਾ ਹੈ ਨਾ ਤਾਂ ਇਹ ਭਰੋਸਾ ਕਰੋ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਹੀ ਜਿਹੜਾ ਸਾਨੂੰ ਸਿਰਜਣਹਾਰ ਹੈ, ਜਿਹਨੇ ਸਾਨੂੰ ਪੈਦਾ ਕੀਤਾ, ਕੇਵਲ ਉਹੀ ਸਦਾ ਥਿਰ ਰਹਿਣ ਵਾਲਾ ਹੈ।
ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਰਦਗਾਰੋ। ਉਹ ਪਰਵਰਦਗਾਰ ਜਿਹਨੇ ਸਾਨੂੰ ਪੈਦਾ ਕੀਤਾ, ਜਿਹੜਾ ਇਹਨਾਂ ਜੀਵਾਂ ਦੀ ਪਾਲਣਾ ਕਰ ਰਿਹਾ, ਸਾਨੂੰ ਪੈਦਾ ਕਰਕੇ ਸਾਡੀ ਪਾਲਣਾ ਕਰ ਰਿਹਾ, ਸਦਾ ਫਿਰ ਉਹਨੇ ਰਹਿਣਾ ਬਸ, ਬਾਕੀ ਸਾਰੇ ਅਸੀਂ ਚੱਲਣ ਆ ਰਹੇ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਨ ਆਪੀਨੈ ਆਪ ਸੱਜਿਆ ਸੱਚੜਾ ਅਲਖ ਅਪਾਰੂ। ਆਪੀਨੈ ਆਪ ਤੋਂ ਭਾਵ ਕਿ ਆਪਣੇ ਹੀ ਆਪ ਤੋਂ, ਜਿਹਨੇ ਇਹ ਸ੍ਰਿਸ਼ਟੀ ਸਾਜ ਦਿੱਤੀ, ਜਿਹਨੇ ਇਹ ਸ੍ਰਿਸ਼ਟੀ ਬਣਾ ਦਿੱਤੀ, ਉਸ ਪਰਵਰਦਗਾਰ ਦੀ ਗੱਲ ਹੋ ਰਹੀ ਹੈ, ਉਸ ਸੱਚੜੇ ਦਾ ਤਾਰ ਦੀ ਗੱਲ ਹੋ ਰਹੀ ਹੈ, ਜਿਨ ਆਪੀਨੈ ਆਪ ਸਾਜਿਆ ਸੱਜੜਾ ਅਲੱਖ ਅਪਾਰੋ। ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹੜਾ ਅਲੱਖ ਹੈ, ਅਦ੍ਰਿਸ਼ਟ ਹੈ, ਜਿਹੜਾ ਇਹਨਾਂ ਅੱਖਾਂ ਦੇ ਨਾਲ ਸਾਨੂੰ ਨਹੀਂ ਨਜ਼ਰ ਆਉਂਦਾ, ਜਿੰਨਾ ਚਿਰ ਸਤਿਗੁਰੂ ਪਾਤਸ਼ਾਹ ਸਾਨੂੰ ਗਿਆਨ ਦੇ ਨੇਤਰ ਬਖਸ਼ਿਸ਼ ਨਾ ਕਰਨ, ਗੁਰੂ ਕੋਲੋਂ ਅਸੀਂ ਗਿਆਨ ਦੀਆਂ ਅੱਖਾਂ ਨਾਲ ਲੈ ਲਈਏ, ਉਹਨਾਂ ਚਿਰ ਇਹ ਸੱਚਰਾ ਸੱਜੜਾ ਪਰਵਰਦਗਾਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਅਲੱਖ ਹੈ ਅਪਾਰੋ ਤੋਂ ਭਾਵ ਜਿਹਦਾ ਅੰਤ ਨਾ ਪਾਇਆ ਜਾ ਸਕਦਾ ਹੋਵੇ, ਜਿਹਦਾ ਪਾਰਾਵਾਰ ਕੋਈ ਨਾ ਹੋਵੇ। ਸਤਿਗੁਰੂ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਦੋਏ ਪੁੜ ਜੋੜ ਵਿਛੋੜਿਆ ਨਾ ਗੁਰ ਬਿਨ ਘੋਰ ਅੰਧਾਰੋ। ਦੋਏ ਪੁੜ ਕਿਹੜੇ ਆ? ਜਿਵੇਂ ਚੱਕੀ ਦੇ ਦੋ ਪੁੜ ਹੁੰਦੇ ਆ ਨਾ, ਅਤੇ ਉਹਦੇ ਵਿੱਚ ਥੋੜ੍ਹੀ ਜਿਹੀ ਇੰਨੀ ਕੁ ਜਗ੍ਹਾ ਹੁੰਦੀ ਹੈ ਕਿ ਜਿਹਦੇ ਵਿੱਚ ਦਾਣੇ ਜਿਹੜੇ ਆ ਉਹ ਬਿਲਕੁਲ ਐਨ ਬਰੀਕ ਹੋ ਜਾਣ। ਉਹਦੇ ਬਰੀਕ ਕਰਨ ਦੀ ਜਿਹੜੀ ਵਿਧੀ ਹੈ, ਉਹਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਪੁੜਾਂ ਨੂੰ ਚਲਾਉਣ ਵਾਲਾ ਹੈ ਉਹ ਉੱਤੇ ਥੱਲੇ ਕਰ ਲੈਂਦਾ ਹੈ ਕਿ ਕਿੰਨਾ ਕੁ ਬਰੀਕ ਆਟਾ ਚਾਹੀਦਾ, ਜਿਹਦੇ ਨਾਲ ਉਹ ਪੱਥਰ ਰਗੜ ਕੇ ਆਟੇ ਵਿੱਚ ਵੀ ਨਾ ਪਵੇ ਅਤੇ ਆਟਾ ਵੀ ਪਿਸ ਜਾਵੇ। ਇਸ ਤਰੀਕੇ ਦੇ ਨਾਲ ਪਰਮਾਤਮਾ ਨੇ ਵੀ ਦੋ ਪੁੜ ਜਿਹੜੇ ਆ ਨਾ ਉਹਨਾਂ ਨੂੰ ਜੋੜ ਕੇ ਧਰਤੀ ਅਤੇ ਆਕਾਸ਼, ਇਹ ਉਸ ਪਰਮਾਤਮਾ ਨੇ ਦੋ ਪੁੜ ਪੈਦਾ ਕੀਤੇ ਹੋਏ ਨੇ। ਧਰਤੀ ਅਤੇ ਆਕਾਸ਼ ਪੈਦਾ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਦੋਏ ਪੁੜ ਜੋੜ ਵਿਛੋੜਿਆ ਨਾ, ਅਤੇ ਜੀਵ ਨੂੰ ਆਪਣੇ ਨਾਲੋਂ ਮਾਇਆ ਦੇ ਮੋਹ ਵਿੱਚ ਪਾ ਕੇ ਵਿਛੋੜ ਦਿੱਤਾ, ਆਪਣੇ ਤੋਂ ਦੂਰ ਕਰ ਦਿੱਤਾ ਹੈ। ਅਸੀਂ ਉਸ ਪਰਮਾਤਮਾ ਦੀ ਅੰਸ ਹੀ, ਪਰ ਇੱਕ ਖੇਡ ਸਤਿਗੁਰੂ ਪਾਤਸ਼ਾਹ ਨੇ ਰਚ ਦਿੱਤੀ ਕਿ ਸਾਨੂੰ ਇੱਕ ਚੱਕਰਵਿਊਹ ਵਿੱਚ ਪਾਇਆ ਕਿ ਇਹਦੇ ਵਿੱਚੋਂ ਨਿਕਲ ਕੇ ਜਿਹੜਾ ਮੇਰੇ ਤੱਕ ਪਹੁੰਚ ਜਾਵੇਗਾ ਉਹ ਮੈਨੂੰ ਪ੍ਰਵਾਨ, ਉਹ ਮੈਨੂੰ ਪਿਆਰਾ। ਅਸਲ ਵਿੱਚ ਸਾਰੀ ਖੇਡ ਜਿਹੜੀ ਆ ਉਸ ਰੱਬ ਜੀ ਨੇ, ਉਸ ਪਰਮਾਤਮਾ ਨੇ ਸਾਜੀ ਹੋਈ ਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਦੋਏ ਪੁੜ ਜੋੜ ਵਿਛੋੜਿਆ ਨਾ ਗੁਰ ਬਿਨ ਘੋਰ ਅੰਧਾਰੋ। ਅਤੇ ਜਿਹੜੇ ਵਿੱਚ ਜਿਹੜਾ ਸਪੇਸ ਹੈ ਨਾ, ਜਿਹੜੀ ਜਗ੍ਹਾ ਹੈ ਧਰਤੀ ਅਤੇ ਆਕਾਸ਼ ਦੇ ਵਿੱਚ, ਇਸ ਖਲਾਅ ਦੇ ਵਿੱਚ, ਇਸ ਜਗ੍ਹਾ ਦੇ ਵਿੱਚ ਜਿੱਥੇ ਸਾਨੂੰ ਜੀਵਨ ਜਿਉਣ ਵਾਸਤੇ ਮਿਲਿਆ, ਇੱਥੇ ਗੁਰੂ ਤੋਂ ਬਗੈਰ ਘੋਰ ਹਨੇਰਾ। ਅਤੇ ਅਸੀਂ ਪਰਮਾਤਮਾ ਤੱਕ ਕਿਵੇਂ ਪਹੁੰਚ ਸਕਦੇ ਹਾਂ? ਗੁਰੂ ਦੇ ਗਿਆਨ ਦੇ ਅਨੁਸਾਰ। ਜਿੰਨੀ ਦੇਰ ਸਾਨੂੰ ਗੁਰੂ ਦਾ ਗਿਆਨ ਨਹੀਂ ਪ੍ਰਾਪਤ ਹੁੰਦਾ, ਉੱਨੀ ਦੇਰ ਇਸੇ ਹਨੇਰੇ ਵਿੱਚ ਭਟਕਦੇ ਰਹਿੰਦੇ। ਇਸ ਹਨੇਰੇ ਵਿੱਚ ਭਟਕਣ ਕਾਰਨ ਸਾਡਾ ਜਿਹੜਾ ਜੀਵਨ ਹੈ ਉਹ ਵਿਅਰਥ ਚਲਿਆ ਜਾਂਦਾ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਬਖਸ਼ਿਸ਼ ਕਰਦੇ ਆ ਕਿ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇੱਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਕਹਿੰਦੇ ਨੇ ਕਿ ਇੰਨਾ ਚਾਨਣ ਹੋ ਜਾਵੇ ਨਾ, ਸੌ ਚੰਦਰਮਾ ਅਤੇ ਹਜ਼ਾਰਾਂ ਸੂਰਜ ਚੜ੍ਹ ਪੈਣ, ਇੰਨਾ ਪ੍ਰਕਾਸ਼ ਹੋ ਜਾਵੇ, ਫਿਰ ਵੀ ਜੇ ਗੁਰੂ ਜੀਵਨ ਵਿੱਚ ਪ੍ਰਗਟ ਨਹੀਂ ਹੋਇਆ, ਜੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਨਹੀਂ ਹੋਈ, ਤਾਂ ਇਹ ਸੰਸਾਰ ਸਾਗਰ ਗੁਰੂ ਤੋਂ ਬਗੈਰ ਭੁੱਪ ਹਨੇਰਾ।
ਐਸਾ ਘੋਰ ਹਨੇਰਾ ਜਿਹਦੇ ਵਿੱਚ ਸਾਨੂੰ ਨਜ਼ਰ ਹੀ ਨਹੀਂ ਆਉਂਦੀ ਪਰਮਾਤਮਾ ਦੀ ਸੱਚਾਈ, ਰੱਬ ਦੀ ਸੱਚਾਈ, ਪਰਮਾਤਮਾ ਦਾ ਜੋ ਚੱਲ ਰਿਹਾ ਇਹ ਸਾਰਾ ਪਸਾਰਾ ਹੈ, ਸਾਨੂੰ ਇਹਦੀ ਅਸਲੀਅਤ ਸਮਝ ਵਿੱਚ ਨਹੀਂ ਆਉਂਦੀ, ਤਾਂ ਕਰਕੇ ਭਟਕਣ ਦੇ ਚਾਂਸ ਬਣੇ ਰਹਿੰਦੇ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਦੋਏ ਪੁੜ ਜੋੜ ਵਿਛੋੜਿਆ ਨਾ ਗੁਰਬਿਨ ਘੋਰ ਅੰਧਾਰੋ। ਕਹਿੰਦੇ ਨੇ ਕਿ ਗੁਰੂ ਤੋਂ ਬਗੈਰ ਘੋਰ ਹਨੇਰਾ ਹੈ ਜਿਹਦੇ ਕਰਕੇ ਜੀਵ ਭਟਕਣਾ ਵਿੱਚ ਪਿਆ ਰਹਿੰਦਾ ਹੈ, ਅਤੇ ਜੇ ਕਿਤੇ ਗੁਰੂ ਦੇ ਨਾਲ ਜੁੜ ਜਾਵੇ, ਗੁਰੂ ਦੀ ਰਹਿਮਤ ਹੋ ਜਾਵੇ, ਸੱਚ ਦਾ ਪ੍ਰਕਾਸ਼ ਹੋ ਜਾਵੇ, ਤਾਂ ਸੱਚ ਦੀ ਸਮਝ ਆ ਜਾਵੇ, ਜੀਵਨ ਸਫਲ ਹੋ ਜਾਵੇ। ਫਿਰ ਇੱਥੇ ਹੋਰ ਸਤਿਗੁਰੂ ਪਾਤਸ਼ਾਹ ਜੀ ਕੀ ਕੀ ਰਹਿਮਤ ਵਰਤਦੀ ਆ, ਕੀ ਉਹਨੇ ਪੈਦਾ ਕੀਤਾ। ਸੂਰਜ ਚੰਦ ਸਿਰਜਿਆ ਨਾ ਐਨਸ ਚਲਤ ਵਿਚਾਰੂ। ਕਹਿੰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਸੂਰਜ ਤੇ ਚੰਦ ਸਿਰਜ ਦਿੱਤੇ। ਉਸ ਪਰਮਾਤਮਾ ਨੇ ਸੂਰਜ ਤੇ ਚੰਦਰਮਾ ਬਣਾ ਕੇ ਇਹ ਦਿਨ ਤੇ ਰਾਤ ਦਾ ਜਗਤ ਦਾ ਤਮਾਸ਼ਾ ਬਣਾ ਦਿੱਤਾ। ਚਲ ਤੋਂ ਪਾਵਕ ਤਮਾਸ਼ਾ, ਇਹ ਜਗਤ ਇੱਕ ਤਮਾਸ਼ੇ ਦੀ ਨਿਆਈ ਹੈ ਕਿ ਦਿਨੇ ਕੋਈ ਖੇਡ ਚੱਲਦੀ ਹੈ, ਰਾਤ ਕੋਈ ਖੇਡ ਚੱਲਦੀ ਹੈ। ਜਿਹੜੇ ਕਿਰਤ ਕਰਨ ਵਾਲੇ ਨੇ ਉਹ ਜੇ ਦਿਨੇ ਸਾਰਾ ਦਿਨ ਕਿਰਤ ਕਰਦੇ ਰਹਿਣ, ਉਹ ਰਾਤ ਨੂੰ ਸੌਂ ਜਾਂਦੇ ਆ ਅਤੇ ਚੋਰ ਉਹ ਚੱਕੇ ਰਾਤ ਨੂੰ ਜਾਗਣ ਲੱਗ ਪੈਂਦੇ, ਧਾਵੜੀ ਰਾਤ ਨੂੰ ਜਾਗਣ ਲੱਗ ਪੈਂਦੇ ਆ। ਅਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ, ਉਹ ਪਹਿਰ ਲੱਗਦਾ, ਉਦੋਂ ਜਿਹੜੇ ਆਲਸੀ ਆ ਉਹ ਸੁੱਤੇ ਰਹਿੰਦੇ ਆ, ਅਤੇ ਜਿਹੜੇ ਪਰਮਾਤਮਾ ਦੇ ਪਿਆਰੇ ਆ ਉਹ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਂਦੇ ਆ। ਅਸਲ ਵਿੱਚ ਦਿਨ ਅਤੇ ਰਾਤ ਦਾ ਜਿਹੜਾ ਚਲਤ ਤਮਾਸ਼ਾ ਹੈ ਨਾ, ਇਹ ਪਰਮਾਤਮਾ ਨੇ ਬਣਾਇਆ ਚੰਦਰਮਾ ਅਤੇ ਸੂਰਜ ਬਣਾ ਕੇ। ਜੇ ਮੰਨ ਲਓ ਦਿਨ ਹੀ ਨਾ ਚੜ੍ਹੇ ਅਤੇ ਲੋਕ ਨਾ ਸੁੱਤੇ ਰਹਿ ਸਕਦੇ ਆ, ਅਤੇ ਨਾ ਹੀ ਜਾਗ ਕੇ ਚੰਗੀ ਤਰ੍ਹਾਂ ਕੰਮ ਕਰ ਸਕਦੇ। ਜੇ ਰਾਤ ਹੀ ਨਾ ਪਵੇ, ਲੋਕ ਸੌਣ ਨਾ, ਜਨਤਾ ਸਵੇ ਨਾ, ਅਤੇ ਬਿਮਾਰ ਹੋ ਕੇ ਮਰ ਸਕਦੀ ਹੈ, ਕਿਉਂਕਿ ਉਹਨਾਂ ਨੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਜੇ ਕੰਮ ਕਰਨ ਵਾਸਤੇ ਸਾਨੂੰ ਦਿਨ ਦਿੱਤਾ ਹੈ ਨਾ, ਅਤੇ ਰਾਤ ਵੀ ਦਿੱਤੀ ਆ, ਅਤੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਵਿੱਚ ਬਖਸ਼ਿਸ਼ ਕਰ ਦਿੱਤਾ ਅੰਮ੍ਰਿਤ ਵੇਲਾ ਅਤੇ ਸੰਧਿਆ ਦਾ ਸਮਾਂ, ਜਿਹੜੇ ਸਮੇਂ ਅਸੀਂ ਸਤਿਗੁਰੂ ਪਾਤਸ਼ਾਹ ਦੀ ਯਾਦ ਵਿੱਚ ਜੁੜ ਕੇ ਆਪਣੇ ਜੀਵਨ ਦੀ ਥਕਾਨ ਨੂੰ ਦੂਰ ਕਰ ਸਕਦੇ ਹਾਂ, ਆਪਣੇ ਜੀਵਨ ਵਿੱਚ ਆਉਣ ਵਾਲੀ ਗਿਰਾਵਟ ਤੋਂ ਬਚ ਸਕਦੇ ਹਾਂ, ਸਾਡਾ ਜੀਵਨ ਜਿਹੜਾ ਇਸ ਮਾਇਆ ਦੇ ਪ੍ਰਭਾਵ ਦੇ ਕਾਰਨ ਨਿਤ ਦਿਨ ਗਿਰਾਵਟ ਵਿੱਚ ਜਾ ਰਿਹਾ, ਉਸ ਗਿਰਾਵਟ ਤੋਂ ਅਸੀਂ ਬਚ ਸਕਦੇ, ਬਚਾਅ ਹੋ ਸਕਦਾ। ਇਹ ਦੋ ਸਤਿਗੁਰੂ ਪਾਤਸ਼ਾਹ ਜੀ ਨੇ ਵੇਲੇ ਸਾਨੂੰ ਐਸੇ ਬਖਸ਼ਿਸ਼ ਕਰ ਦਿੱਤੇ। ਵੈਸੇ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਇਹ ਵੀ ਕਹਿੰਦੇ ਆ ਕਿ ਹਰ ਵੇਲੇ ਪਰਮਾਤਮਾ ਨੂੰ ਚੇਤੇ ਰੱਖਣਾ, ਹਰ ਵੇਲੇ ਰੱਬ ਨੂੰ ਯਾਦ ਰੱਖਣਾ, ਪਰ ਸਿਧਾਂਤਕ ਤੌਰ 'ਤੇ ਸਾਨੂੰ ਦੋ ਵੇਲੇ ਜਿਹੜੇ ਆ ਉਹ ਜ਼ਰੂਰੀ ਲਾਜ਼ਮੀ ਕਰ ਦਿੱਤੇ ਕਿ ਲਾਜ਼ਮੀ ਇਹਨਾਂ ਸਮਿਆਂ ਵਿੱਚ ਰੱਬ ਨੂੰ ਚੇਤੇ ਕਰਨਾ ਹੀ ਕਰਨਾ, ਜਿਤਨੀ ਕੁ ਸੰਗਤ ਹੋ ਸਕੇ ਕਰਨੀ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਸੂਰਜ ਚੰਦ ਸਿਰਜਿਆ ਨਾ ਅਹਿਨਸ ਚਲਤ ਵਿਚਾਰੂ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਦੇ ਨੇ, ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੂ ਰਹਾਊ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਤੂੰ ਸਦਾ ਥਿਰ ਰਹਿਣ ਵਾਲਾ ਮਾਲਕ ਹੈ, ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ, ਅਤੇ ਤੂੰ ਆਪਣੇ ਜੀਵਾਂ ਨੂੰ ਸਦਾ ਹੀ ਪਿਆਰ ਦੀ ਦਾਤ ਬਖਸ਼ਿਸ਼ ਕਰਦਾ ਰਹਿਣਾ। ਜਿਹੜੇ ਵੀ ਜੀਵ ਤੁਹਾਡੇ ਚਰਨਾਂ ਦੇ ਨਾਲ ਜੁੜ ਜਾਂਦੇ ਆ, ਮਨ ਕਰਕੇ ਤਨ ਕਰਕੇ ਤੁਹਾਡੀ ਪ੍ਰੇਮਾ ਭਗਤੀ ਵਿੱਚ ਲੱਗ ਜਾਂਦੇ ਆ, ਉਹਨਾਂ ਨੂੰ ਤੁਸੀਂ ਹਮੇਸ਼ਾ ਹੀ ਪਿਆਰ ਬਖਸ਼ਿਸ਼ ਕਰਦੇ ਹੋ, ਹਮੇਸ਼ਾ ਹੀ ਆਪਣੇ ਗਲ ਦੇ ਨਾਲ ਲਾ ਕੇ ਰੱਖਦੇ ਹੋ, ਰਹਾਉਦਾ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰਦੇ ਨੇ। ਤੁਧ ਸਿਰਜੀ ਮੇਦਨੀ ਦੁੱਖ ਸੁੱਖ ਦੇਵਣ ਹਾਰੋ। ਮੇਦਨੀ ਤੋਂ ਭਾਵ ਹੈ ਧਰਤੀ,
ਇਹ ਸਿਰਜੀ ਤੋਂ ਭਾਵ ਪੈਦਾ ਕੀਤੀ। ਹੇ ਅਕਾਲ ਪੁਰਖ ਵਾਹਿਗੁਰੂ, ਇਹ ਸ੍ਰਿਸ਼ਟੀ ਤੁਸੀਂ ਪੈਦਾ ਕੀਤੀ ਹੋਈ ਹੈ ਅਤੇ ਤੁਸੀਂ ਆਪਣੇ ਜੀਵਾਂ ਨੂੰ ਦੁੱਖ ਅਤੇ ਸੁੱਖ ਦੀਆਂ ਦਾਤਾਂ ਵੰਡਦੇ ਹੋ। ਜਿਵੇਂ ਆਪਾਂ ਅਕਸਰ ਹੀ ਬਾਣੀ ਵਿੱਚੋਂ ਸਰਵਣ ਕਰਦੇ ਹਾਂ ਕਿ ਸੁੱਖ ਜਿੱਥੇ ਉਹਦੀ ਦਾਤ ਆ ਨਾ, ਦੁੱਖ ਵੀ ਉਹਦੀ ਦਾਤ ਹੀ ਹੈ, ਦੁੱਖ ਨੂੰ ਵੀ ਉਹਦੀ ਦਾਤ ਸਮਝਣਾ ਚਾਹੀਦਾ। ਜਿਵੇਂ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਦੁੱਖ ਦਾਰੂ ਸੁੱਖ ਰੋਗ ਭਇਆ, ਇੰਨਾ ਸੁੱਖ ਵੀ ਜੇ ਬੰਦੇ ਨੂੰ ਮਿਲ ਜਾਵੇ ਨਾ ਕਿ ਦੁੱਖ ਆਵੇ ਨਾ, ਤਾਂ ਉਹ ਵੀ ਉਹਦੇ ਵਾਸਤੇ ਰੋਗ ਬਣ ਜਾਂਦਾ। ਉਸ ਸੁੱਖ ਦੇ ਕਾਰਨ ਹੀ ਹੰਕਾਰ ਆਉਂਦਾ ਹੈ, ਉਸ ਸੁੱਖ ਦੇ ਕਾਰਨ ਹੀ ਹੋਰ ਕਈ ਬਿਰਤੀਆਂ ਭਾਰੂ ਹੋ ਜਾਂਦੀਆਂ, ਬੰਦਾ ਬੇਪਰਵਾਹ ਹੋ ਜਾਂਦਾ, ਬੇਫਿਕਰਾ ਹੋ ਜਾਂਦਾ ਕਿ ਮੈਨੂੰ ਕਿਹੜੀ ਗੱਲ ਦੀ ਪਰਵਾਹ। ਹੰਕਾਰ ਅੰਦਰ ਆਉਣ ਕਾਰਨ ਦੂਸਰਿਆਂ ਨੂੰ ਦਬਾਉਣ ਲੱਗ ਪੈਂਦਾ, ਫਿਰ ਇਸ ਵਾਸਤੇ ਉਹ ਦੁੱਖ ਦਿੰਦਾ, ਉਹਨੇ ਦੁੱਖ ਪੈਦਾ ਕੀਤਾ ਅਤੇ ਦੁੱਖ ਨੂੰ ਦਾਰੂ ਬਣਾ ਦਿੱਤਾ ਗਿਆ। ਇਸ ਦੁੱਖ ਵਿੱਚ ਰਹਿੰਦਿਆਂ ਪਰਮਾਤਮਾ ਰੱਬ ਜੀ ਦੇ ਚੇਤੇ ਆਉਂਦੇ ਆ, ਅਤੇ ਜਿੰਨਾ ਦੁੱਖ ਵਿੱਚ ਰਹਿੰਦਿਆਂ ਚੇਤੇ ਆਉਂਦੇ ਆ ਨਾ, ਸੁੱਖਾਂ ਵਿੱਚ ਤਾਂ ਕਿਸੇ ਗੁਰੂ ਦੇ ਪਿਆਰੇ ਬਖਸ਼ੇ ਹੋਏ ਨੂੰ ਚੇਤੇ ਆਉਂਦੇ, ਸੁੱਖਾਂ ਵਿੱਚ ਸਾਰਿਆਂ ਨੂੰ ਚੇਤੇ ਨਹੀਂ ਆਉਂਦਾ ਰੱਬ, ਸੁੱਖਾਂ ਵਿੱਚ ਤਾਂ ਰੱਬ ਭੁੱਲ ਜਾਂਦਾ। ਅਤੇ ਦੁੱਖ ਵਿੱਚ ਕੋਈ ਵਿਰਲਾ ਹੋਊਗਾ ਜਿਹੜਾ ਰੱਬ ਨੂੰ ਨਾ ਆਉਂਦਾ ਹੋਊਗਾ, ਭਾਵੇਂ ਲਾਮਾ ਹੀ ਦੇਵੇ ਚੇਤੇ ਤਾਂ ਕਰਦਾ ਹੀ ਹੈ ਨਾ, ਭਾਵੇਂ ਲਾਮਾ ਹੀ ਦੇ ਦੇਵੇ, ਰੱਬਾ ਆਹ ਕੀ ਕਰਨ ਡਿਆ, ਮੈਨੂੰ ਇੰਨਾ ਦੁੱਖ ਦੇਣ ਡਿਆ, ਮੈਂ ਤੇਰਾ ਕੀ ਵਿਗਾੜਿਆ, ਯਾਦ ਤਾਂ ਆ ਹੀ ਜਾਂਦਾ ਨਾ। ਅਤੇ ਜੇ ਦੁੱਖ ਵਿੱਚ ਪਿਆਰ ਨਾ ਚੇਤੇ ਕਰ ਲਵੇ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਦੁੱਖ ਦਾਰੂ ਬਣ ਜਾਂਦਾ। ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਕਿਰਤਿਆਂ ਦੁੱਖ ਭੂਖ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ, ਇਹ ਅਕਾਲ ਪੁਰਖ ਵਾਹਿਗੁਰੂ, ਕਿੰਨਿਆਂ ਨੂੰ ਦੁੱਖ ਅਤੇ ਭੁੱਖ ਦੀ ਮਾਰ ਵੱਜ ਰਹੀ ਹੈ, ਪਰ ਜੇ ਤੁਹਾਡੀ ਦਿੱਤੀ ਹੋਈ ਨਿਗਾਹ ਨਾਲ ਵੇਖਿਆ ਜਾਵੇ ਤਾਂ ਇਹ ਵੀ ਤੁਹਾਡੇ ਵੱਲੋਂ ਮਿਲਣ ਵਾਲੀ ਇੱਕ ਦਾਤ ਹੈ। ਇੱਕ ਕਰੋਪੀ ਨਹੀਂ ਤੁਸੀਂ ਆਪਣੇ ਜੀਵਾਂ ਦੇ ਉੱਤੇ ਕਰਦੇ ਕਿ ਕਰੋਪ ਹੋ ਗਿਆ ਆਪਣੇ ਜੀਆਂ ਦੇ ਉੱਤੇ, ਤੁਸੀਂ ਦੁੱਖ ਦੇ ਦਿੱਤਾ। ਤੁਸੀਂ ਆਪਣੇ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ ਵਾਸਤੇ ਇਹ ਸਾਰੀ ਪ੍ਰਕਿਰਿਆ ਚਲਾਈ ਹੋਈ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਤੁਧ ਸਿਰਜੀ ਮੇਦਨੀ ਦੁੱਖ ਸੁੱਖ ਦੇਵਣ ਹਾਰੂ, ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੂ। ਤੁਸੀਂ ਇਹ ਸ੍ਰਿਸ਼ਟੀ ਨੂੰ ਬਣਾ ਕੇ ਅਤੇ ਨਾਰੀ ਅਤੇ ਪੁਰਖ ਬਣਾ ਦਿੱਤੇ, ਇਸਤਰੀ ਅਤੇ ਮਰਦ ਬਣਾ ਦਿੱਤੇ, ਨਾਰੀ ਪੁਰਖ ਸਿਰਜਿਆ ਤੁਸੀਂ ਇਹਨਾਂ ਨੂੰ ਬਣਾਇਆ, ਬਿਖ ਮਾਇਆ ਮੋਹ ਪਿਆਰੋ। ਕਹਿੰਦੇ ਨੇ ਕਿ ਉਹ ਇਸਤਰੀ ਅਤੇ ਪੁਰਖ ਜਿਹੜੇ ਬਿਖ ਵਿੱਚ ਪਏ ਹੋਏ ਨੇ, ਮਾਇਆ ਦੇ ਨਾਲ ਪਿਆਰ ਕਰ ਰਹੇ ਨੇ, ਰੱਬ ਦੇ ਨਾਲ ਪਿਆਰ ਕੋਈ ਨਹੀਂ ਹੈ, ਬਹੁਤੀ ਲਕਾਈ ਜਿਹੜੀ ਹੈ ਇਸੇ ਹੀ ਪ੍ਰਵਿਰਤੀ ਦੇ ਵਿੱਚ ਜਿਹੜੀ ਆ ਵਿਚਰ ਰਹੀ ਹੈ, ਜ਼ਹਿਰ ਦੇ ਨਾਲ ਪਰਚੀ ਹੋਈ ਹੈ, ਜ਼ਹਿਰ ਦੇ ਨਾਲ ਲਬਰੇਜ ਹੋਈ ਪਈ ਹੈ, ਪਰਮਾਤਮਾ ਦੇ ਨਾਲ ਪਿਆਰ ਕੋਈ ਨਹੀਂ, ਕੀ ਇਸਤਰੀ ਕੀ ਪੁਰਖ, ਸਾਰਿਆਂ ਦਾ ਇਹੋ ਹਾਲ ਹੋਇਆ ਪਿਆ। ਤਾਂ ਹੀ ਸਮਾਜ ਦਾ ਤਾਣਾ ਬਾਣਾ ਵਿਗੜ ਜਾਂਦਾ ਹੈ ਨਾ, ਜਦੋਂ ਆਪਾਂ ਵਿਗੜ ਜਾਂਦੇ ਹਾਂ, ਜੇ ਆਪਾਂ ਹੀ ਤਾਂ ਸਮਾਜ ਦਾ ਹਿੱਸਾ, ਅਤੇ ਜੇ ਅਸੀਂ ਸੁਧਰ ਜਾਈਏ ਤਾਂ ਸਮਾਜ ਸੁਧਰਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਆਪਾਂ ਸਮਾਜ ਨੂੰ ਕੁਝ ਹੋਰ ਸਮਝਦੇ ਹਾਂ, ਆਪਣੇ ਆਪ ਨੂੰ ਕੁਝ ਹੋਰ ਸਮਝਦੇ ਹਾਂ, ਅਸੀਂ ਵੀ ਤਾਂ ਦੁਨੀਆਂ ਦਾ ਹਿੱਸਾ ਹੀ ਨਾ। ਜਿਹੜੇ ਇਸਤਰੀ ਅਤੇ ਪੁਰਖ ਦੀ ਗੱਲ ਕਰ ਰਹੇ ਆ ਸਤਿਗੁਰੂ ਪਾਤਸ਼ਾਹ, ਜਿਨ੍ਹਾਂ ਨੂੰ ਉਹਨੇ ਪੈਦਾ ਕੀਤਾ ਨਿਰੰਕਾਰ ਪਰਿਪੂਰਨ ਪਰਮਾਤਮਾ ਨੇ, ਉਹਨਾਂ ਵਿੱਚ ਅਸੀਂ ਵੀ ਤਾਂ ਆਉਂਦੇ ਹੀ ਆ ਨਾ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਨਾਰੀ ਅਤੇ ਪੁਰਖ ਸਿਰਜ ਦਿੱਤੇ, ਨਾਰੀ ਪੁਰਖ ਸਿਰਜਿਆ ਹੈ ਬਿਖ ਮਾਇਆ ਮੋਹ ਪਿਆਰੋ। ਕਹਿੰਦੇ ਨੇ ਉਹ ਨਾਰੀ ਅਤੇ ਪੁਰਖ ਜਿਹੜੇ ਮਾਇਆ ਦੇ ਮੋਹ ਵਿੱਚ ਜ਼ਹਿਰ ਵਿੱਚ ਪਰਚ ਜਾਂਦੇ ਆ ਤੁਹਾਨੂੰ ਭੁੱਲ ਕੇ। ਸੋ ਸਤਿਗੁਰੂ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਖਾਣੀ ਬਾਣੀ ਤੇਰੀ ਆ ਦੇਹ ਜੀਆਂ ਆਧਾਰੋ। ਖਾਣੀ ਤੋਂ ਭਾਵ ਜਿਹੜੀਆਂ ਚਾਰ ਖਾਣੀਆਂ
ਅੰਡਜ ਜੇਰਜ ਸਿਹਤਜ ਉਤਪਜ ਜਿਹਦੇ ਰਾ ਰਾਹੀਂ ਸ੍ਰਿਸ਼ਟੀ ਜਿਹੜੀ ਆ ਉਹ ਜਨਮ ਲੈਂਦੀ ਆ, ਭਾਵੇਂ ਬਨਸਪਤੀ ਦੇ ਰੂਪ ਦੇ ਵਿੱਚ ਆ ਅਤੇ ਭਾਵੇਂ ਦੂਸਰੇ ਸਾਹ ਲੈਣ ਵਾਲੇ ਜਿਹੜੇ ਪ੍ਰਾਣੀ ਆ ਉਹਨਾਂ ਦੇ ਰੂਪ ਦੇ ਵਿੱਚ ਆ। ਅੰਡਜ ਜੇਰਜ ਸਿੱਧ ਯਕੀਨੀ ਉਤਪਜ ਖਾਨ ਬਹੁਤ ਰਚਦੀ ਨਹੀਂ। ਬੜੇ ਬਚਨ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਪ੍ਰਥਾਏ ਆਉਂਦੇ ਆ ਕਿ ਚਾਰ ਖਾਣੀਆਂ ਨੇ, ਇਹ ਜਿਹੜੀਆਂ ਚਾਰ ਖਾਣੀਆਂ ਨੇ ਇਹ ਵੀ ਇਹ ਅਕਾਲ ਪੁਰਖ ਵਾਹਿਗੁਰੂ ਤੁਹਾਡੀਆਂ ਹੀ ਪੈਦਾ ਕੀਤੀਆਂ ਹੋਈਆਂ। ਖਾਣੀ ਬਾਣੀ, ਬਾਣੀ ਤੋਂ ਭਾਵ ਜਿਤਨੀਆਂ ਵੀ ਬੋਲੀਆਂ ਵੱਖਰੇ ਵੱਖਰੇ ਕਿਸਮ ਦੀਆਂ ਜੀਵ ਬੋਲਦੇ ਆ, ਉਹ ਬਾਣੀਆਂ ਕੋਈ ਅੜਿੰਗ ਰਿਹਾ, ਕੋਈ ਬੋਲ ਰਿਹਾ, ਕੋਈ ਚਹਿਚਹਾ ਰਿਹਾ, ਕੋਈ ਕਰਾਹ ਰਿਹਾ, ਕਿਸੇ ਦਾ ਬੋਲਣਾ ਕਿਸੇ ਤਰ੍ਹਾਂ ਦਾ, ਕਿਸੇ ਨਾਲ ਕਿਸੇ ਤਰ੍ਹਾਂ ਦਾ, ਜਿਤਨੀਆਂ ਵੀ ਬਾਣੀਆਂ ਅਤੇ ਇੱਕ ਇਨਸਾਨ ਦੇ ਅੰਦਰੋਂ ਜਿਤਨੀਆਂ ਬਾਣੀਆਂ ਨਿਕਲਦੀਆਂ, ਮੰਨ ਲਓ ਧੁਨੀ ਨਿਕਲਦੀ ਆ, ਧੁਨੀ ਤੋਂ ਉੱਡਦੀ ਆ, ਨਾਭੀ ਤੋਂ ਉੱਡਦੀ ਆ, ਉਹ ਪਰਾ ਬੈਖਰੀ ਮੱਧਮਾ ਇਸ ਤਰ੍ਹਾਂ ਤਰੀਕੇ ਦੀਆਂ ਜਿਹੜੀਆਂ ਬਾਣੀਆਂ ਇਨਸਾਨ ਦੇ ਅੰਦਰੋਂ ਜਨਮ ਲੈਂਦੀਆਂ, ਜਿੱਥੇ ਆ ਕੇ ਜਦੋਂ ਸਾਡੇ ਨਾਭੀ 'ਚੋਂ ਆਵਾਜ਼ ਉੱਡਦੀ ਘਾਵਾ ਦੀ ਨਹੀਂ ਉੱਡਦੀ ਹੈ, ਹੌਲੀ ਹੌਲੀ ਕੰਠ ਤੱਕ ਆਉਂਦੀ ਆ, ਕੰਠ ਤੋਂ ਆਉਂਦਿਆਂ ਜਦੋਂ ਜ਼ਬਾਨ 'ਤੇ ਆਉਂਦੀ ਆ ਇਹਦੇ ਲਫ਼ਜ਼ ਬਣਦੇ ਆ, ਬੋਲ ਬਣਦੇ ਆ। ਇਹ ਵੀ ਜਿਹੜੀਆਂ ਬਾਣੀਆਂ ਨੇ ਇਹ ਵੀ ਇਹ ਅਕਾਲ ਪੁਰਖ ਵਾਹਿਗੁਰੂ ਤੇਰੀਆਂ ਹੀ ਬਣਾਈਆਂ ਹੋਈਆਂ। ਜੇ ਅੰਦਰੋਂ ਨਾਭੀ ਤੋਂ ਹਵਾ ਹੀ ਨਾ ਉੱਠੇ, ਹਵਾ ਹੀ ਖਤਮ ਹੋ ਜਾਵੇ, ਬੰਦਾ ਬੋਲ ਨਹੀਂ ਸਕਦਾ, ਕੇਵਲ ਇੱਕ ਲੋਥੜਾ। ਕਈ ਐਸੇ ਵੀ ਹੈਗੇ ਆ ਜਿਨ੍ਹਾਂ ਨੂੰ ਜਨਮ ਤੋਂ ਹੀ ਬੋਲਣ ਦੀ ਦਾਤ ਹੀ ਨਹੀਂ ਰੱਬ ਨੇ ਦਿੱਤੀ ਹੋਈ, ਉਹ ਜਨਮ ਤੋਂ ਹੀ ਗੁੰਗੇ ਆ, ਜਨਮ ਤੋਂ ਹੀ ਨਹੀਂ ਬੋਲ ਸਕਦੇ। ਜਿਨ੍ਹਾਂ ਨੂੰ ਤੂੰ ਦਿੱਤੀ ਇਹ ਦਾਤ ਉਹ ਤੇਰੀ ਸਾਰ ਜਾਣ ਸਕਣ। ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਨੂੰ ਬਾਣੀ ਦੀ ਵਿਚਾਰ ਬਖਸ਼ਿਸ਼ ਕਰਦੇ ਆ ਕਿ ਜਿਤਨੀਆਂ ਖਾਣੀਆਂ ਉਹ ਵੀ ਇਹ ਅਕਾਲ ਪੁਰਖ ਵਾਹਿਗੁਰੂ ਤੁਹਾਡੀਆਂ ਨੇ, ਅਤੇ ਜਿਤਨੀਆਂ ਬਾਣੀਆਂ ਜਿਤਨੀਆਂ ਭਾਸ਼ਾਵਾਂ ਉਹ ਵੀ ਤੁਹਾਡੀਆਂ ਹੀ ਬਖਸ਼ਿਸ਼ ਕੀਤੀਆਂ ਹੋਈਆਂ, ਪੈਦਾ ਕੀਤੀਆਂ ਹੋਈਆਂ। ਖਾਣੀ ਬਾਣੀ ਤੇਰੀ ਆ ਦੇਹ ਜੀਆਂ ਆਧਾਰੋ, ਅਤੇ ਤੁਸੀਂ ਆਪਣੇ ਜੀਵਾਂ ਨੂੰ ਆਧਾਰੋ ਤੋਂ ਭਾਵ ਆਸਰਾ ਦੇ ਰਹੇ ਹੋ। ਭਾਵੇਂ ਕਿਸੇ ਵੀ ਖਾਣੀ ਵਿੱਚ ਜਨਮ ਲੈਣ ਵਾਲੇ ਜੀਵ ਹੋਣ, ਭਾਵੇਂ ਕਿਸੇ ਵੀ ਬਾਣੀ ਨੂੰ ਭਾਸ਼ਾ ਨੂੰ ਬੋਲਣ ਵਾਲੇ ਜੀਵ ਹੋਣ, ਜਿਵੇਂ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਚੀਤੀ ਦੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿਤਨੇ ਵੀ ਦ੍ਰਿਸ਼ਟਮਾਨ ਜੀਵ ਹੋਏ ਨੇ ਇਹ ਅਕਾਲ ਪੁਰਖ ਵਾਹਿਗੁਰੂ ਸਾਰੇ ਤੇਰੀ ਕਿਰਪਾ ਦ੍ਰਿਸ਼ਟੀ ਦੇ ਅੰਦਰ ਨੇ, ਸਾਰਿਆਂ ਨੂੰ ਤੁਸੀਂ ਪੈਦਾ ਕਰਕੇ ਸਾਰਿਆਂ ਨੂੰ ਤੁਸੀਂ ਆਸਰਾ ਦੇਣ ਵਾਲੇ ਹੋ, ਸਾਰਿਆਂ 'ਤੇ ਤੁਸੀਂ ਕਰਤਾ ਧਰਤਾ ਹੋ। ਇਸ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ, ਤੁਸੀਂ ਜੀਆਂ ਨੂੰ ਆਸਰਾ ਦਿੰਦੇ ਹੋ। ਅੱਗੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜ ਨਾ ਹਾਰੋ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ हे परमात्मा अकाल पुरख वाहिगुरू सब जीवों नू तू ही आसरा देना है, ये सारी रचना रूप तक तू आप ही बैठने वास्ते बनाया हो, जितनी ये रचना रूप तक से आना जितना भी सानू नज़र आ रहा ये उदा तख्त है, ते उदा राज निश्चल है जिहदा सदा चलण वाला है, ते इत्थों तक विचार जिहड़ी चल रही है ना परमात्मा नू संबोधन है, उस परिपूर्ण परमात्मा नू रब नू ये संबोधन है। ਸਾਡੀ ਗੱਲਬਾਤ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਕਰਾ ਰਹੇ ਆ ਜਿਹਨੇ ਸਾਨੂੰ ਪੈਦਾ ਕੀਤਾ ਹੋਇਆ, ਜਿਹਨੇ ਸਾਨੂੰ ਇਸ ਧਰਤੀ 'ਤੇ ਘੱਲਿਆ ਹੋਇਆ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਕੁਦਰਤ ਤਖ਼ਤ ਰਚਾਇਆ ਇਹ ਅਕਾਲ ਪੁਰਖ ਵਾਹਿਗੁਰੂ, ਤੁਸੀਂ ਇਹ ਕੁਦਰਤ ਰੂਪੀ ਤਖ਼ਤ ਬਣਾ ਦਿੱਤਾ, ਸੱਚ ਨਿਬੇੜ ਨਾ ਹਾਰੋ, ਅਤੇ ਤੁਸੀਂ ਸੱਚ ਦਾ ਨਿਬੇੜਾ ਕਰਦੇ ਹੋ ਇਸ ਤਖ਼ਤ 'ਤੇ ਬਹਿ ਕੇ, ਕਦੇ ਝੂਠ ਦਾ ਨਿਬੇੜਾ ਨਹੀਂ ਹੁੰਦਾ।
ਪਰਮਾਤਮਾ ਕਦੇ ਬੇਨਿਆਈ ਨਹੀਂ ਕਰਦਾ, ਉਹ ਸਦਾ ਹੀ ਨਿਆਂ ਕਰਦਾ, ਕਿਉਂਕਿ ਉਹਦੇ ਘਰ ਵਿੱਚ ਸਦਾ ਹੀ ਨਿਆਂ ਹੈ ਅਤੇ ਉਹ ਨਿਆਂ ਜਿਹੜਾ ਸੱਚਾ, ਬਿਲਕੁਲ ਉਹ ਸੱਚਾ, ਉਹ ਕਿਸੇ ਕੋਲੋਂ ਪੁੱਛ ਕੇ ਸਾਡੇ ਨਾਲ ਧੱਕਾ ਨਹੀਂ ਕਰ ਦਿੰਦਾ ਅਤੇ ਕਿਸੇ ਦੇ ਆਖੇ ਲੱਗ ਕੇ ਉਹ ਸਾਡਾ ਭਲਾ ਨਹੀਂ ਕਰਨ ਵਾਲਾ, ਉਹ ਆਪ ਹੀ ਭਲਾ ਕਰਨ ਵਾਲਾ, ਕਿਉਂਕਿ ਉਹ ਸਾਡੇ ਭਲਾ ਬੁਰਾ ਜਿਹੜਾ ਆਪ ਖੁਦ ਜਾਣਦਾ। ਜਿਵੇਂ ਕੱਲ੍ਹ ਦੇ ਵਿਚਾਰ ਵਿੱਚ ਵੀ ਆਪਾਂ ਸਰਵਣ ਕੀਤਾ ਕਿ ਸਾਰਾ ਕੁਝ ਤਾਂ ਉਸ ਪਰਮਾਤਮਾ ਦਾ ਕੀਤਾ ਹੋਇਆ, ਜੀਵ ਉਹਦੇ ਹੁਕਮ ਵਿੱਚ ਹੀ ਆਉਂਦਾ ਅਤੇ ਉਹਦੇ ਹੁਕਮ ਵਿੱਚ ਹੀ ਜਾਂਦਾ, ਅਸੀਂ ਕੌਣ ਹੁੰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੁਕਮ ਕਰਨ ਵਾਲੇ, ਕਿਉਂਕਿ ਉਹ ਆਪ ਹੀ ਹੁਕਮ ਹੈ ਅਤੇ ਆਪ ਹੀ ਆਪਣੇ ਹੁਕਮ ਨੂੰ ਵਰਤਾਉਣ ਵਾਲਾ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਕੁਦਰਤ ਤਖ਼ਤ ਰਚਾਇਆ, ਜੇ ਜੋਦੜੀ ਕਰਨੀ ਹੈ, ਜੇ ਤਰਲਾ ਲੈਣਾ ਹੈ ਤਾਂ ਉਸ ਸੱਚੇ ਤਖ਼ਤ ਦੇ ਮਾਲਕ ਦੇ ਅੱਗੇ ਕਰਨਾ ਕਰੀ, ਜਿਹਦਾ ਰਾਜ ਸਦਾ ਵਾਸਤੇ ਹੈ, ਜਿਹਦਾ ਨਿਆਂ ਬਿਲਕੁਲ ਸੱਚਾ ਹੈ। ਸੱਚ ਨਿਬੇੜਨ ਹਾਰੋ, ਤੁਸੀਂ ਸੱਚ ਦਾ ਨਿਬੇੜਾ ਕਰਦੇ ਹੋ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਆਵਾਗਮਨ ਸਿਰਜਿਆ ਤੂੰ ਥਿਰ ਕਰਨਾ ਹਾਰੋ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਵਾਗਮਨ ਸਿਰਜ ਦਿੱਤਾ, ਹੇ ਕਰਤਾਰ, ਹੇ ਕਰਨ ਹਾਰ ਅਕਾਲ ਪੁਰਖ ਵਾਹਿਗੁਰੂ, ਤੂੰ ਜੀਵਾਂ ਦੇ ਜਨਮ ਅਤੇ ਮਰਨ ਦਾ ਗੇੜ ਪੈਦਾ ਕੀਤਾ, ਪਰ ਤੂੰ ਆਪ ਸਦਾ ਕਾਇਮ ਰਹਿਣ ਵਾਲਾ, ਆਪ ਤੈਨੂੰ ਕੋਈ ਖਤਰਾ ਨਹੀਂ ਹੈ, ਆਪ ਤੂੰ ਸਦਾ ਸਲਾਮਤ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਕਾਲ ਪੁਰਖ ਵਾਹਿਗੁਰੂ ਤੂੰ ਇਹ ਸ੍ਰਿਸ਼ਟੀ ਸਾਜ ਦਿੱਤੀ, ਹੁਣ ਕੋਈ ਵੀ ਕਿਸੇ ਚੀਜ਼ ਦੀ ਕਾਢ ਕੱਢਣ ਵਾਲਾ ਹੈ ਨਾ, ਉਹ ਜਿੱਥੇ ਉਹਦੀ ਬਣਾਉਣ ਦੀ ਡੇਟ ਲਿਖਦਾ ਉੱਥੇ ਉਹਦੇ ਖਤਮ ਹੋਣ ਦੀ ਡੇਟ ਵੀ ਲਿਖ ਦਿੰਦਾ, ਪਰ ਜਿਹੜਾ ਉਹ ਬਣਾਉਣ ਵਾਲਾ ਹੈ ਨਾ ਉਹ ਵੀ ਸਦਾ ਥਿਰ ਨਹੀਂ ਰਹਿੰਦਾ, ਉਹ ਵੀ ਇੱਕ ਦਿਨ ਉਸ ਐਕਸਪਾਇਰੀ ਡੇਟ ਵਾਂਗੂ ਐਕਸਪਾਇਰ ਹੋ ਜਾਂਦਾ ਬਣਾਉਣ ਵਾਲਾ ਵੀ। ਪਰ ਇਹ ਕਰਤਾ ਐਸਾ ਮਾਲਕ ਹੈ ਕਿ ਜਿਹੜਾ ਐਕਸਪਾਇਰ ਨਹੀਂ ਹੋ ਸਕਦਾ, ਜਿਹਦੀ ਐਕਸਪਾਇਰੀ ਡੇਟ ਕੋਈ ਨਹੀਂ ਹੈਗੀ, ਜਿਹਦਾ ਅੰਤ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਆਵਾਗਮਨ ਸਿਰਜਿਆ, ਤੁਸੀਂ ਇਹ ਜਨਮ ਅਤੇ ਮਰਨ ਦਾ ਇੱਕ ਵਿਧੀ ਵਿਧਾਨ ਬਣਾ ਦਿੱਤਾ, ਤੂੰ ਥਿਰ ਕਰਨਾ ਹਾਰੋ, ਪਰ ਤੁਸੀਂ ਸਦਾ ਹੀ ਥਿਰ ਹੋ, ਤੁਸੀਂ ਕਿਤੇ ਜਾਣਾ ਨਹੀਂ ਹੈ, ਤੁਹਾਡਾ ਅੰਤ ਨਹੀਂ ਹੈ, ਇਹ ਤੁਹਾਡੀ ਰਚੀ ਹੋਈ ਜਿਹੜੀ ਰਚਨਾ ਹੈ ਨਾ, ਇਹਦੇ ਵਿੱਚ ਜਨਮ ਲੈ ਕੇ ਮਰਨ ਵਾਲੇ ਜੀਵ ਆਉਂਦੇ ਰਹਿਣਗੇ, ਜਾਂਦੇ ਰਹਿਣਗੇ, ਆਪਣਾ ਜੀਵਨ ਬਤੀਤ ਕਰਦੇ ਰਹਿਣਗੇ, ਜੀਵਨ ਬਤੀਤ ਕਰਕੇ ਜਿਹੜਾ ਤੁਹਾਡੇ ਹੁਕਮ ਦੀ ਪਛਾਣ ਕਰਕੇ ਚੱਲ ਪਏਗਾ ਉਹ ਤੁਹਾਡੇ ਵਿੱਚ ਭੇਦ ਹੋ ਜਾਊਗਾ, ਬਾਕੀ ਦਾ ਇਸੇ ਗੇੜ ਵਿੱਚ ਚੱਲਦਾ ਰਹੂਗਾ, ਇਹ ਤੁਹਾਡੀ ਰਚੀ ਹੋਈ ਖੇਡ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਤੂੰ ਥਿਰ ਕਰਨਾ ਹਾਰੋ, ਜੰਮਣ ਮਰਨ ਆਏ ਗਿਆ ਬਦਿਕ ਜੀਓ ਬੇਕਾਰੋ। ਕਹਿੰਦੇ ਨੇ ਕਿ ਇਹ ਜੀਵ ਇਹਦੇ ਨਾਲ ਕੀ ਹੁੰਦਾ ਹੈ ਕਿ ਜੰਮਦਾ ਹੈ ਅਤੇ ਮਰਦਾ ਹੈ, ਆਉਂਦਾ ਹੈ ਅਤੇ ਚਲੇ ਜਾਂਦਾ ਹੈ, ਇਹਦੇ ਨਾਲ ਇੱਦਾਂ ਹੀ ਹੁੰਦਾ ਰਹਿੰਦਾ। ਜੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਆਇਆ ਗਿਆ ਮੋਇਆ ਨਾਓ, ਕਹਿੰਦੇ ਨੇ ਕਿ ਆਇਆ ਅਤੇ ਚਲੇ ਗਿਆ, ਹਕੀਰ ਹੌਲੀ ਹੌਲੀ ਨਾਮ ਹੀ ਮਿਟ ਗਿਆ, ਨਾਮ ਲੈਣ ਤੋਂ ਵੀ ਫਿਰ ਡਰ ਆਉਂਦਾ, ਕਿਉਂਕਿ ਇਹ ਬਾਣੀ ਸਾਡੀ ਉਸ ਰੀਤ ਦੇ ਨਾਲ ਜੁੜੀ ਹੋਈ ਆ ਜਿਹੜੀ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਕਰ ਰਹੇ ਹਾਂ ਕਿ ਜਦੋਂ ਅਸੀਂ ਪ੍ਰਾਣੀ ਨੂੰ ਰੁਖਸਤ ਕਰਕੇ ਆਏ ਹੁੰਦੇ, ਜਦੋਂ ਤੋਰ ਕੇ ਆਏ ਹੁੰਦੇ, ਅਤੇ ਉਦੋਂ ਅਸੀਂ ਬਾਣੀ ਨੂੰ ਸਰਵਣ ਕਰੀਏ, ਸਾਨੂੰ ਇਹ ਸਮਝ ਆਵੇ ਮਰ ਚੁੱਕੇ ਪ੍ਰਾਣੀ ਦੇ ਪਰਥਾਏ ਇਹ ਬਾਣੀ ਨਹੀਂ, ਜਿਹੜੇ ਬਚ ਚੁੱਕੇ ਬਾਕੀ ਰਹਿ ਚੁੱਕੇ ਆ ਨਾ, ਜਿਹੜੇ ਅਸੀਂ ਜਾਣ ਵਾਲੇ ਨੂੰ ਤੋਰ ਕੇ ਆਏ ਹੋ, ਉਹਨਾਂ ਵਾਸਤੇ ਇਹ ਬਾਣੀ ਹੈ ਕਿ ਤੁਸੀਂ ਜਿਹੜੇ ਬਚ ਗਏ ਹੋ, ਜਿਹੜਾ ਜਾਣ ਵਾਲਾ ਸੀ ਉਹ ਤਾਂ ਚਲੇ ਗਿਆ, ਤੁਸੀਂ ਜਿਹੜੇ ਬਚ ਗਏ ਹੋ ਤੁਸੀਂ ਕੀ ਕਰਨਾ, ਤੁਹਾਡੀ ਕੀ ਅਸਲੀਅਤ ਹੈ, ਤੁਹਾਡੀ ਕੀ ਹਕੀਕਤ ਹੈ। ਇਸ ਪ੍ਰਥਾਏ ਇਹ ਪਾਵਨ ਪਵਿੱਤਰ ਬਾਣੀ ਆਪਾਂ ਸਰਵਣ ਕਰਦੇ ਹਾਂ, ਗੁਰੂ ਘਰ ਵਿਖੇ ਆ ਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ,
ਜੰਮਣ ਮਰਨਾ ਆਏ ਗਿਆ। ਕਹਿੰਦੇ ਨੇ ਕਿ ਜੀਵ ਜੰਮਦਾ ਹੈ, ਮਰਦਾ ਹੈ, ਆਉਂਦਾ ਹੈ, ਚਲਿਆ ਜਾਂਦਾ ਹੈ। ਬਦਕ ਜੀਓ ਵਿਕਾਰੋ, ਕਹਿੰਦੇ ਨੇ ਬੰਧਨਾਂ ਵਿੱਚ ਪਿਆ ਰਹਿੰਦਾ, ਵਿਕਾਰਾਂ ਦੇ ਬੰਨਣਾਂ ਦੇ ਵਿੱਚ। ਇਹਦੇ ਵਿਕਾਰਾਂ ਦੇ ਬੰਨਣ ਜਿਹੜੇ ਟੁੱਟਦੇ ਨਹੀਂ, ਅਤੇ ਇਹਦਾ ਆਉਣ ਜਾਣ ਦਾ ਚੱਕਰ ਜਿਹੜਾ ਉਹ ਬਣਿਆ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹਦੀ ਹਾਲਤ ਕੀ ਰਹਿੰਦੀ, ਕਿਉਂਕਿ ਪਹਿਲੇ ਪੱਖ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਦੂਸਰੇ ਬੰਦ ਤੱਕ ਸੱਚੇ ਦਾ ਸੱਚਾ ਨਿਆਂ, ਉਹਦੀ ਹੋਂਦ, ਉਹਦੇ ਬਾਰੇ ਸਾਨੂੰ ਗਿਆਨ ਬਖਸ਼ਿਸ਼ ਕੀਤਾ, ਅਤੇ ਅਗਲੇ ਤੀਸਰੇ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਪ੍ਰਥਾਏ ਦੱਸਣਾ ਕਰ ਰਹੇ ਕਿ ਤੁਸੀਂ ਇਹ ਆਵਾਗਮਨ ਸਿਰਜ ਦਿੱਤਾ, ਆਪ ਤੁਸੀਂ ਠਹਿਰੋ, ਤੁਹਾਨੂੰ ਕੋਈ ਖਤਰਾ ਨਹੀਂ, ਤੁਹਾਡੀ ਮੌਤ ਨਹੀਂ, ਤੁਹਾਡਾ ਅੰਤ ਨਹੀਂ, ਪਰ ਜੀਆਂ ਦਾ ਆਹ ਹਾਲ ਹੈ, ਜੀਆਂ ਦੀ ਔਕਾਤ ਆਹ ਵਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜੰਮਣ ਮਰਨਾ ਆਏ ਗਿਆ, ਬਦਕ ਜੀਓ ਵਿਕਾਰੋ, ਅਤੇ ਪਰ ਇਹਨੇ ਕੀਤਾ ਕੀ, ਭੁੰਡੜੈ ਨਾਮ ਵਿਸਾਰਿਆ। ਭੁੰਡੜੈ ਤੋਂ ਭਾਵ ਭੈੜੇ ਜੀਵ ਨੇ, ਭੁੰਡੜੈ ਨਾਮ ਵਿਸਾਰਿਆ, ਬੁੱਢੜੈ ਕਿਆ ਤਿਸ ਚਾਰੋ। ਇੱਥੇ ਬੁੱਢੜੈ ਤੋਂ ਭਾਵ ਉਹ ਇਹ ਨਹੀਂ ਕਿ ਕੋਈ ਜਿਹੜਾ ਬੁੱਢੜੇ ਨੂੰ ਕਿਸੇ ਨੂੰ ਕਿਹਾ ਗਿਆ, ਬਿਰਧ ਨੂੰ ਕਿਹਾ ਗਿਆ, ਬੁੱਢੜੈ ਤੋਂ ਭਾਵ ਡੁੱਬ ਰਿਹਾ, ਡੁੱਬ ਰਿਹਾ, ਇਹਦਾ ਕੋਈ ਚਾਰਾ ਨਹੀਂ ਚੱਲਦਾ, ਕਿਉਂਕਿ ਡੁੱਬ ਰਿਹਾ ਜੀ ਪਰਮਾਤਮਾ ਦੇ ਨਾਮ ਤੋਂ ਬਗੈਰ, ਡੁੱਬ ਰਿਹਾ ਜੀਵ ਪ੍ਰੇਮਾ ਭਗਤੀ ਤੋਂ ਬਗੈਰ, ਡੁੱਬ ਰਿਹਾ ਜੀਵ ਇਸ ਭਵਜਨ ਸੰਸਾਰ ਸਾਗਰ ਦੇ ਸਤਸੰਗਤ ਤੋਂ ਬਗੈਰ, ਸੱਚ ਦੇ ਪਿਆਰ ਤੋਂ ਬਗੈਰ। ਕਹਿੰਦੇ ਨੇ ਡੁੱਬ ਰਹੇ ਦਾ ਕੀ ਚਾਰਾ, ਡੁੱਬ ਰਿਹਾ ਕੀ ਆਪਣੇ ਬਚਾਅ ਵਾਸਤੇ ਕਰ ਸਕਦਾ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹਦੇ ਡੁੱਬਣ ਦਾ ਕਾਰਨ ਕੀ ਹੈ, ਭੁੰਡੜੈ ਨਾਮ ਵਿਸਾਰਿਆ। ਇਸ ਭੈੜੇ ਮਨੁੱਖ ਨੇ, ਮੰਦ ਬੁੱਧੀ ਅਲਪ ਬੁੱਧੀ ਮਨੁੱਖ ਨੇ ਨਾਮ ਵਿਸਾਰ ਦਿੱਤਾ। ਭੁੰਡੜੈ ਨਾਮ ਵਿਸਾਰਿਆ, ਬੁੱਢੜੈ ਕਿਆ ਤਿਸ ਚਾਰੂ, ਗੁਣ ਛੋੜ ਵਿਖ ਲੱਦਿਆ, ਅਵਗਣ ਕਾ ਬਣਜਾਰੂ। ਕਹਿੰਦੇ ਨੇ ਕਿ ਗੁਣਾਂ ਨੂੰ ਛੱਡ ਕੇ ਔਗਣਾਂ ਦੇ ਨਾਲ ਲੱਦਿਆ ਗਿਆ। ਇਹਨੂੰ ਚਾਹੀਦਾ ਤੇ ਇਹ ਸੀ ਕਿ ਪਰਮਾਤਮਾ ਵੱਲੋਂ ਦੱਸੀ ਹੋਈ ਜੀਵਨ ਜਾਚ ਦੇ ਅਨੁਸਾਰ ਜਿਉਂਦਾ, ਆਪਣੇ ਜੀਵਨ 'ਚ ਗੁਣ ਇਕੱਠੇ ਕਰਦਾ ਜੋ ਗੁਰੂ ਵੱਲੋਂ ਬਖਸ਼ੇ ਹੋਏ ਸੀ, ਪਰ ਇਹਨੇ ਗੁਣਾਂ ਨੂੰ ਤਾਂ ਛੱਡ ਦਿੱਤਾ, ਗੁਣਾਂ ਨੂੰ ਇੱਕ ਪਾਸੇ ਰੱਖ ਦਿੱਤਾ। ਸਾਧ ਸੰਗਤ ਕਰਨੀ ਇੱਕ ਗੁਣ ਸੀ, ਨਿਤਨੇਮ ਕਰਨਾ ਇੱਕ ਗੁਣ ਸੀ, ਰਹਿਤ ਬਹਿਤ ਵਿੱਚ ਰਹਿਣਾ ਇੱਕ ਗੁਣ ਸੀ, ਜਿਹੜਾ ਇਹਨੇ ਧਾਰਨ ਨਹੀਂ ਕੀਤਾ। ਜਿਹੜਾ ਜੀਵ ਜੀ ਰਿਹਾ ਨਾ, ਉਹ ਅੱਜ ਵੀ ਇਹਨਾਂ ਗੁਣਾਂ ਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਸਹੀ ਬਤੀਤ ਕਰ ਸਕਦਾ, ਕਿਉਂਕਿ ਉਹਦੇ ਕੋਲ ਸਮਾਂ ਹੈਗਾ। ਪਰ ਜਿਹੜਾ ਹੁਣ ਜਾ ਚੁੱਕਾ, ਜਿਹੜਾ ਹੁਣ ਆਪਣਾ ਜੀਵਨ ਬਤੀਤ ਕਰ ਚੁੱਕਾ, ਕਹਿੰਦੇ ਨੇ ਕਿ ਉਹ ਇਸ ਆਹਰ ਵਿੱਚ ਲੱਗਾ ਰਿਹਾ। ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਸੁਚੇਤ ਕਰ ਰਹੇ ਨੇ ਕਿ ਕਿਤੇ ਐਸਾ ਨਾ ਜੀਵਨ ਤੁਹਾਡਾ ਬਣ ਕੇ ਲੰਘ ਜਾਵੇ ਕਿ ਤੁਸੀਂ ਨਾਮ ਨੂੰ ਵਿਸਾਰ ਦਿਓ, ਗੁਣ ਛੋਟ ਵਿਖ ਲੱਦਿਆ, ਅਤੇ ਜ਼ਹਿਰ ਹੀ ਇਕੱਠੀ ਕਰਦੇ ਰਹੋ, ਜ਼ਹਿਰ ਨਾਲ ਜ਼ਹਿਰ ਨੂੰ ਹੀ ਆਪਣੇ ਜੀਵਨ ਰੂਪੀ ਗੱਡੇ 'ਤੇ ਲੱਦਦੇ ਰਹੋ, ਜ਼ਹਿਰ ਹੀ ਇਕੱਠਾ ਕਰਦੇ ਰਹੋ। ਗੁਣ ਛੋਟ ਵਿਖ ਲੱਦਿਆ, ਅਵਗੁਣ ਕਾ ਬਣਜਾਰੋ, ਅਤੇ ਜੀਵ ਸਾਰੀ ਉਮਰ ਔਗਣਾਂ ਦਾ ਵਣਜਾਰਾ ਬਣਿਆ ਰਿਹਾ, ਔਗਣਾਂ ਦਾ ਹੀ ਵਣਜ ਕਰਦਾ ਰਿਹਾ। ਵਣਜ ਤਾਂ ਕਰਨਾ ਸੀ ਗੁਣਾਂ ਦਾ, ਗੁਣ ਇਕੱਠੇ ਕਰਨੇ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਇਸ ਕਰਕੇ ਇਹਦੀ ਹਾਲਤ ਹੋਈ, ਅਤੇ ਸਤਿਗੁਰੂ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ। ਸੱਦੜੇ ਆਏ ਤਿੰਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਕਹਿੰਦੇ ਨੇ ਕਿ ਉਹਨਾਂ ਜਾਨੀਆਂ ਨੂੰ ਜਿਹੜੇ ਸਾਡੇ ਕੋਲੋਂ ਵਿਛੜ ਕੇ ਚਲੇ ਜਾਂਦੇ ਆ, ਉਹਨਾਂ ਨੂੰ ਜਦੋਂ ਸੱਚੇ ਕਰਤਾਰੋਂ ਧੁਰ ਦਰਗਾਹੋਂ ਸੱਦੇ ਆਉਂਦੇ ਆ, ਉਦੋਂ ਉਹ ਉੱਠ ਕੇ ਤੁਰ ਜਾਂਦੇ ਆ, ਉੱਠ ਕੇ ਚਲੇ ਜਾਂਦੇ ਆ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਸੱਦੜੇ ਆਏ ਤਿੰਨਾ ਜਾਨੀਆਂ,
ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮਿਲਣ ਹਾਰੋ। ਕਹਿੰਦੇ ਨੇ ਕਿ ਨਾਰੀ ਤੇ ਪੁਰਖ ਦਾ ਵਿਛੋੜਾ ਪੈ ਜਾਂਦਾ ਹੈ, ਮਰਨ ਵਾਲੀ ਇਸਤਰੀ ਤੇ ਮਰਦਾਂ ਦਾ ਵਿਛੋੜਾ ਹੋ ਜਾਂਦਾ ਹੈ ਤੇ ਵਿਛੜਿਆਂ ਨੂੰ ਪਰਮਾਤਮਾ ਆਪ ਮਿਲਣ ਦੇ ਸਮਰੱਥ ਆ ਆਪਣੇ ਆਪ ਦੇ ਨਾਲ, ਕੋਈ ਹੋਰ, ਕਿਉਂਕਿ ਜੀਵ ਦਾ ਆਪਣਿਆਂ ਨਾਲੋਂ ਤੇ ਵਿਛੋੜਾ ਪੈ ਗਿਆ, ਆਪਣਿਆਂ ਨਾਲੋਂ ਤੇ ਟੁੱਟ ਕੇ ਚਲਿਆ ਗਿਆ, ਤੇ ਜੇ ਵਿਛੋੜਾ ਪੈ ਕੇ ਅੱਗੇ ਵਿਛੜਿਆ ਹੀ ਵਿਚਰਦਾ ਰਿਹਾ, ਜੇ ਪ੍ਰੇਮਾ ਭਗਤੀ ਨਾ ਕੀਤੀ ਹੋਈ ਤੇ ਫਿਰ ਤੇ ਵਿਛੋੜਾ ਜਿਹੜਾ ਬੜਾ ਘਾਤਕ ਹੈ, ਕਿਉਂਕਿ ਨਾ ਜੀ ਰਹੇ, ਨਾ ਜੀਆਂ ਦੇ ਨਾਲ ਮੇਲ ਮਿਲਾਪ ਰਿਹਾ, ਉਹ ਵੀ ਵਿਛੜ ਗਏ, ਤੇ ਅਗਲੇ ਪਾਸੇ ਜਿਹਦੇ ਨਾਲ ਮਿਲਾਪ ਹੋਣਾ ਸੀ, ਜਿਹੜੇ ਰੱਬ ਨਾਲ ਮਿਲਣਾ ਸੀ, ਜਿਹੜੇ ਪਰਮਾਤਮਾ ਨਾਲ ਮਿਲਣਾ ਸੀ, ਉਹਦੇ ਬਾਰੇ ਯਾਰ ਕੋਈ ਨਾ ਕੀਤਾ, ਉਹਦੇ ਬਾਰੇ ਕੋਈ ਚਾਰਾ ਨਾ ਕੀਤਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਉਹ ਮਿਲਣਹਾਰ ਹੈ, ਉਸ ਮਿਲਣਹਾਰ ਦੇ ਨਾਲ ਜੁੜ ਕੇ ਰਹਿ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮਿਲਣਹਾਰੋ। ਤੇ ਜਿਹੜੀ ਮੌਤ ਹੈ ਨਾ, ਇਹ ਬੜੀ ਨਿਰਦਈ ਹੈ, ਬੜੀ ਕੁਰਖਤ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਇਹਨੇ ਇਹ ਨਹੀਂ ਵੇਖਣਾ ਕਿ ਤੂੰ ਕਿੰਨਾ ਕੁ ਸੋਹਣਾ ਹੈ, ਕਿੰਨਾ ਕੁ ਤੇਰਾ ਸੁਭਾਪਣ ਹੈ, ਤੇਰੀ ਕਿੰਨੀ ਕੁ ਇੱਥੇ ਲੋੜ ਆ, ਜਦੋਂ ਤੇਰਾ ਸਮਾਂ ਆ ਜਾਣਾ ਨਾ, ਇਹਨੇ ਉੱਦਾਂ ਹੀ ਝਪਟ ਮਾਰਨੀ ਆ ਜਿਵੇਂ ਕਿਸੇ ਕਰੂਪ ਨੂੰ ਮਾਰੀ ਦੀ ਹੈ, ਭਾਵੇਂ ਤੂੰ ਸੁੰਦਰ ਵੀ ਜਿੰਨਾ ਮਰਜ਼ੀ। ਇੱਥੇ ਯੂਸੁਫ ਵਰਗੇ ਸੋਹਣੇ ਉਹ ਗੁਜ਼ਰੇ ਆ, ਕੀ ਉਹਨਾਂ ਨੂੰ ਮੌਤ ਨਹੀਂ ਆਈ, ਮੌਤ ਨੇ ਉਹਨਾਂ 'ਤੇ ਕੋਈ ਤਰਸ ਕੀਤਾ, ਜਿਨ੍ਹਾਂ ਦੀ ਸੁੰਦਰਤਾ ਦੀਆਂ ਅੱਜ ਉਦਾਹਰਣਾਂ ਅੱਜ ਵੀ ਦਿੱਤੀਆਂ ਜਾਂਦੀਆਂ ਕਿ ਬੜੇ ਬੜੇ ਸੁੰਦਰ ਸੀ, ਉਹਨਾਂ ਵਰਗਾ ਸੁੰਦਰ ਕੋਈ ਨਹੀਂ ਸੀ। ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਇਸ ਰੂਪ ਦਾ, ਇਸ ਸੁੰਦਰਤਾ ਦਾ ਮਾਣ ਕਰਕੇ ਨਾ ਬੈਠ ਜਾਂਦੀ, ਕਿਤੇ ਤੇਰੇ ਮਨ ਵਿੱਚ ਕੋਈ ਐਸਾ ਹੰਕਾਰ ਨਾ ਹੋਵੇ ਕਿ ਮੇਰਾ ਸਰੀਰ ਜਿਹੜਾ ਇਹ ਕਿਹੜਾ ਕਦੀ ਨਾਸ ਹੋਣਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਰੂਪ ਨਾ ਜਾਣੈ ਸੋਹਣੀਐ ਹੁਕਮ ਬੱਤੀ ਸਿਰਕਾਰੋ। ਕਹਿੰਦੇ ਨੇ ਕਿ ਇਸ ਰੂਪ ਦਾ ਹੰਕਾਰ ਨਾ ਕਰੀ, ਸੁੰਦਰ ਸਰੀਰ ਦਾ, ਜਮ ਕਿਸੇ ਸੁੰਦਰੀ ਰੂਪ ਜਾਂ ਸੁੰਦਰ ਰੂਪ ਵਾਲੇ ਦਾ ਲਿਹਾਜ਼ ਨਹੀਂ ਕਰਦੇ, ਮੌਤ ਖਿਮਾ ਨਹੀਂ ਦੇ ਦਿੰਦੀ, ਮਾਫ਼ ਨਹੀਂ ਕਰ ਦਿੰਦੀ ਕਿ ਤੂੰ ਬੜਾ ਸੁੰਦਰ ਹੈ, ਤੈਨੂੰ ਤੇ ਖਤਮ ਕਰਨ ਨੂੰ ਜੀ ਨਹੀਂ ਕਰਦਾ। ਮੌਤ ਉਸੇ ਤਰੀਕੇ ਦੇ ਨਾਲ ਝਪਟ ਮਾਰਦੀ ਜਿਹੜੇ ਤਰੀਕੇ ਨਾਲ ਸਾਰਿਆਂ ਨੂੰ ਮਾਰਦੀ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਰੂਪ ਨਾ ਜਾਣੈ ਸੋਹਣੀਐ ਹੁਕਮ ਬੱਤੀ ਸਰਕਾਰੋ। ਕਿਉਂਕਿ ਜਿਹੜਾ ਜਮ ਲੈਣ ਵਾਸਤੇ ਆਉਂਦਾ ਹੈ ਨਾ, ਉਹ ਸਰਕਾਰ ਦੇ ਹੁਕਮ ਦਾ ਵੱਜਾ ਹੋਇਆ, ਸੱਚੀ ਸਰਕਾਰ ਦੇ ਹੁਕਮ ਦਾ ਵੱਜਾ ਹੋਇਆ। ਜਿਹੜੇ ਜਿਹਨੂੰ ਸੱਚੀ ਸਰਕਾਰ ਦਾ ਹੁਕਮ ਹੋ ਜਾਂਦਾ ਨਾ ਕਿ ਇਹਨੂੰ ਲੈ ਕੇ ਆਉਣਾ ਹੈ, ਜਮ ਨੂੰ ਖੜਨਾ ਹੀ ਪੈਂਦਾ, ਉਹਦਾ ਵੀ ਕੋਈ ਵੱਸ ਨਹੀਂ ਹੈਗਾ, ਉਹ ਵੀ ਛੱਡ ਕੇ ਨਹੀਂ ਜਾ ਸਕਦਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹੁਕਮ ਬੱਧੀ ਸਰਕਾਰ। ਉਹ ਕਹਿੰਦੇ ਨੇ ਕਿ ਸਰਕਾਰ ਦਾ, ਸੱਚੀ ਸਰਕਾਰ ਦਾ ਹੁਕਮ ਜਦੋਂ ਹੋ ਜਾਂਦਾ, ਰੂਪ ਵੀ ਨਹੀਂ ਵੇਖਿਆ ਜਾਂਦਾ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ। ਕਹਿੰਦੇ ਨੇ ਕਿ ਨਾ ਉਹ ਬਾਲਕ ਜਾਣਦਾ ਹੈ ਤੇ ਨਾ ਬਿਰਧ ਜਾਣਦਾ ਹੈ ਮੌਤ ਦਾ ਦੇਵਤਾ, ਜਦੋਂ ਉਹਨੇ ਖਤਮ ਕਰਨਾ ਹੁੰਦਾ, ਰੱਬ ਨੇ ਜਦੋਂ ਸਮਾਪਤੀ ਕਰਨੀ ਹੈ ਨਾ, ਉਹਨੇ ਇਹ ਨਹੀਂ ਵੇਖਣਾ ਕਿ ਇਹ ਤੇ ਬੱਚਾ ਹੀ ਆ, ਜੇ ਇਹਨੇ ਅਜੇ ਕੀ ਵੇਖਿਆ। ਸਾਡੀਆਂ ਨਜ਼ਰਾਂ ਦੇ ਵਿੱਚ ਹੁੰਦਾ ਹੈ ਕਿ ਅਜੇ ਤੇ ਬੱਚਾ ਸੀ, ਅਜੇ ਵਿਚਾਰੇ ਨੇ ਕੀ ਵੇਖਿਆ ਸੀ। ਅਸੀਂ ਤੇ ਅੱਧ ਖੜਨ ਵੀ ਕਹਿ ਦਿੰਦੇ ਹਾਂ, ਅਜੇ ਤੇ ਕਮਾਈ ਕਮੂਈ ਕਰਦਿਆਂ ਘਰ ਹੀ ਅਜੇ ਤਿਆਰ ਹੋਇਆ ਸੀ, ਅਜੇ ਤੇ ਪਰਿਵਾਰ ਬੱਚੇ ਵੇਖਣ ਵਾਲੇ ਸੀ, ਅਜੇ ਵਿਚਾਰੇ ਨੇ ਕੀ ਵੇਖ ਲਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਜਦੋਂ ਉਹਨੇ ਮੌਤ ਆਉਣੀ ਹੈ ਨਾ, ਜਦੋਂ ਉਹਨੇ ਵੀ ਨਹੀਂ ਵੇਖਣਾ ਕਿ ਤੂੰ ਬੱਚਾ ਹੈ ਜਾਂ ਜਵਾਨ ਹੈ ਜਾਂ ਤੂੰ ਬਿਰਧ ਆ, ਉਹਨੇ ਸਮਾਂ ਵੇਖ ਕੇ ਖੜਨਾ ਹੈ, ਉਹਨੇ ਸਰੀਰ ਦੀ ਹਾਲਤ ਵੇਖ ਕੇ ਨਹੀਂ ਖੜਨਾ, ਉਹਨੇ ਤਰਸ ਨਹੀਂ ਕਰਨਾ ਮੌਤ ਨੇ ਜਦੋਂ ਆਉਣਾ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ। ਕਹਿੰਦੇ ਨੇ ਕਿ ਜਦੋਂ ਉਹ
ਪਿਆਰ ਜਿਹੜਾ ਮੋਹ ਪਿਆਰ ਟੁੱਟ ਜਾਂਦਾ ਹੈ ਨਾ ਸਰੀਰ ਦਾ ਅਤੇ ਇਸ ਜੀਓ ਆਤਮਾ ਦਾ, ਉਦੋਂ ਫਿਰ ਜੀਓ ਜਿਹੜਾ ਨਾ ਇਹ ਸਰੀਰ ਵਿੱਚ ਨਹੀਂ ਰਹਿ ਪਾਉਂਦਾ, ਉਦੋਂ ਇਹਨੂੰ ਜਾਣਾ ਪੈਂਦਾ, ਜੀਓ ਨੂੰ ਸੁੰਦਰ ਤੋਂ ਸੁੰਦਰ ਸਰੀਰ ਛੱਡ ਕੇ ਜਾਣਾ ਪੈਂਦਾ। ਜਿਹੜਾ ਮਰਜ਼ੀ ਉਹਦਾ ਜਿੱਦਾਂ ਦਾ ਮਰਜ਼ੀ ਸਰੀਰ ਹੋਵੇ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ। ਫਿਰ ਹਾਲਤ ਕੀ ਹੁੰਦੀ ਹੈ, ਨੌ ਦਰ ਠਾਕੇ, ਨੌ ਦਰ ਜਿਹੜੇ ਨੌ ਦਰਵਾਜ਼ੇ ਸਾਡੇ ਇੰਦਰੇ ਨੇ, ਦਸਵਾਂ ਦਰਵਾਜ਼ਾ ਜਿਹੜਾ ਹੈ ਉਹਨੂੰ ਸੁਰਤ ਦੀ ਅਵਸਥਾ ਕਿਹਾ ਜਾਂਦਾ ਹੈ ਜਾਂ ਦਸਮ ਦੁਆਰ ਕਿਹਾ ਜਾਂਦਾ ਹੈ, ਉਦੋਂ ਖੁੱਲਦਾ ਹੈ ਜਦੋਂ ਪਿਆਰੇ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਦੀ ਅਵਸਥਾ ਬਣਦੀ ਹੈ। ਅਤੇ ਨੌ ਦਰਵਾਜ਼ੇ ਜਿਹੜੇ ਆ ਜਨਮ ਤੋਂ ਹੀ ਸਾਡੇ ਖੁੱਲ੍ਹ ਜਾਂਦੇ, ਇਹ ਫਿਰ ਬੰਦ ਹੋ ਜਾਂਦੇ ਆ ਜਦੋਂ ਮੌਤ ਆਉਂਦੀ। ਇਹਨਾਂ ਦਾ ਵਿੱਚੋਂ ਜਿਹੜਾ ਆਉਣ ਜਾਣ ਦਾ ਸਿਲਸਿਲਾ ਇਹ ਸਮਾਪਤ ਹੋ ਜਾਂਦਾ, ਨਾ ਸਾਹ ਆਉਂਦਾ ਨਾ ਜਾਂਦਾ, ਨਾ ਕੰਨਾਂ 'ਚ ਆਵਾਜ਼, ਜਿੰਨਾ ਮਰਜ਼ੀ ਉੱਚੀ ਉੱਚੀ ਕੂਕਾਂ ਮਾਰੀ ਜਾਓ ਮਰਨ ਵਾਲੇ ਥੋੜ੍ਹੀ ਸੁਣ ਲੈਣੀ ਹੈ, ਕਿਉਂਕਿ ਉਹਦਾ ਕੰਨਾਂ ਵਾਲਾ ਦਰਵਾਜ਼ਾ ਬੰਦ ਹੋ ਗਿਆ। ਅਤੇ ਜਿੰਨੇ ਮਰਜ਼ੀ ਉਹਦੇ ਬੱਚੇ ਲਿਆ ਕੇ ਜਾਂ ਜਿੰਨੀਆਂ ਮਰਜ਼ੀ ਉਹਦੀਆਂ ਚੀਜ਼ਾਂ ਲਿਆ ਕੇ ਉਹਦੇ ਸਾਹਮਣੇ ਰੱਖੀ ਜਾਓ, ਉਹਦੀਆਂ ਅੱਖਾਂ ਵੇਖ ਹੀ ਨਹੀਂ ਪਾਉਂਦੀਆਂ, ਅੱਖਾਂ ਬੰਦ ਹੋ ਗਈਆਂ, ਅੱਖਾਂ ਨੂੰ ਨਜ਼ਰ ਥੋੜ੍ਹੀ ਆਉਣਾ ਕਿ ਮੇਰਾ ਕਿੱਡਾ ਕੁ ਵੱਡਾ ਖਿਲਾਰਾ ਸੀ, ਕਿੱਡਾ ਕੁ ਵੱਡਾ ਕਾਰੋਬਾਰ ਸੀ, ਮੇਰੇ ਧੀਆਂ ਪੁੱਤਰ ਮੇਰੇ ਸਾਹਮਣੇ ਲਿਆ ਕੇ ਖਿਲਾਰੇ, ਮੈਂ ਉਹਨਾਂ ਨੂੰ ਵੇਖ ਲਵਾਂ ਇੱਕ ਵਾਰ ਉੱਠ ਕੇ। ਭਾਵੇਂ ਆਵਾਜ਼ਾਂ ਮਾਰੀਆਂ ਜਾਂਦੀਆਂ, ਭਾਵੇਂ ਕਿਹਾ ਜਾਂਦਾ ਕਿ ਇੱਕ ਵਾਰ ਉੱਠ ਕੇ ਵੇਖ ਇੱਕ ਵਾਰ ਸੁਣ, ਪਰ ਨਹੀਂ ਕੁਝ ਵੀ ਸੁਣਦਾ, ਕਿਉਂਕਿ ਨੌ ਦਰਵਾਜ਼ੇ ਜਿਹੜੇ ਆ ਇਹ ਬੰਦ ਹੋ ਜਾਂਦੇ ਆ ਜਦੋਂ ਮੌਤ ਹੁੰਦੀ ਹੈ, ਬੰਦੇ ਨੂੰ ਕੁਝ ਨਹੀਂ ਸੁਣਦਾ, ਜਿੰਨਾ ਮਰਜ਼ੀ ਕੁਰਲਾਈ ਜਾਓ। ਇਸ ਕਰਕੇ ਸਤਿਗੁਰੂ ਕਹਿੰਦੇ ਆ ਕਿ ਰੋਣਾ ਵਿਅਰਥ ਹੈ, ਰੋਣਾ ਜਿਹੜਾ ਨਾ ਇਹ ਕਿਸੇ ਅਰਥ ਨਹੀਂ ਹੈਗਾ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨੌ ਦਰਵਾਜ਼ੇ ਠਾਕੇ, ਨੌ ਦਰ ਠਾਕੇ ਹੁਕਮ ਸੱਚੈ ਹੰਸ ਗਿਆ ਗਏ ਨਾਰੇ। ਕਹਿੰਦੇ ਨੇ ਕਿ ਜਿਹੜਾ ਸਰੀਰ ਦੇ ਵਿੱਚ ਜੀਵ ਰੂਪੀ ਹੰਸ ਆ ਨਾ ਇਹ ਅਸਮਾਨ ਨੂੰ ਉੱਡ ਜਾਂਦਾ, ਗਏ ਨਾਰੇ ਤੋਂ ਭਾਵ ਅਸਮਾਨ ਨੂੰ ਉੱਡ ਜਾਣਾ ਜਾਂ ਇੰਝ ਕਹਿ ਲਓ ਕਿ ਖਲਾਅ ਵਿੱਚ ਰਲ ਜਾਣਾ। ਜਿਹੜਾ ਵਿੱਚ ਹੰਸ ਹੈ ਜੀਓ ਹੈ, ਕਿੱਥੋਂ ਆਇਆ ਇਹਦਾ ਵੀ ਨਹੀਂ ਪਤਾ ਲੱਗਦਾ ਅਤੇ ਕਿੱਥੇ ਚਲੇ ਗਿਆ ਇਹਦਾ ਵੀ ਨਹੀਂ ਪਤਾ ਲੱਗਦਾ। ਜਿਵੇਂ ਸਤਿਗੁਰੂ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿੰਦੇ ਆ ਕਿ ਇੱਕ ਦੱਜ ਹੈ, ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀ ਹੈ, ਇੱਕ ਭੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਕਹਿੰਦੇ ਜਦੋਂ ਬੰਦਾ ਮਰ ਜਾਂਦਾ ਹੈ ਨਾ, ਇੱਕ ਸਾੜ ਦਿੰਦੇ ਆ, ਇੱਕ ਦੱਬ ਦਿੰਦੇ ਆ, ਇੱਕ ਨਾ ਨੂੰ ਕੁੱਤੇ ਖਾਂਦੇ ਆ, ਇੱਕ ਪਾਣੀ ਵਿੱਚ ਸੁੱਟ ਦਿੰਦੇ ਆ, ਇੱਕ ਹੱਸਣ 'ਤੇ ਪਾਉਂਦੇ ਆ, ਗਿਲਜਾਂ ਆਦਿ ਨੂੰ ਸਰੀਰ ਖਵਾ ਦਿੰਦੇ ਆ, ਪਰ ਜਿਹੜਾ ਜੀਓ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਦਾ ਕਿਸੇ ਨੂੰ ਅਜੇ ਤੱਕ ਪਤਾ ਨਹੀਂ ਲੱਗਾ ਕਿ ਕਿਹੜੇ ਪਾਸੇ ਚਲਿਆ ਜਾ, ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ। ਬਾਕੀ ਸਾਰਾ ਮਿੱਟੀ ਨੂੰ ਬਿਲੇ ਲਾਉਣ ਵਾਲੀ ਗੱਲ ਆ ਕਿ ਸਰੀਰ ਕਿਸੇ ਨੇ ਕਿਸੇ ਤਰੀਕੇ ਨਾਲ ਸਾਂਭ ਦਿੱਤਾ, ਕਿਸੇ ਨੇ ਕਿਸੇ ਤਰੀਕੇ ਨਾਲ ਸਾਂਭ ਦਿੱਤਾ, ਇੱਕ ਦੇ ਸਰੀਰ ਨੂੰ ਸਾਂਭਿਆ, ਕਿਸੇ ਨੇ ਉਹਨੂੰ ਕੁੱਤਿਆਂ ਖਾ ਲਿਆ, ਉਹਨੂੰ ਜਾਨਵਰ ਖਾ ਗਏ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਸਰੀਰ ਦੀ ਸੰਭਾਲ ਦੀ ਜ਼ਿਆਦਾ ਗੱਲ ਨਹੀਂ, ਸਰੀਰ 'ਤੇ ਸਾਂਭਿਆ ਹੀ ਜਾਣਾ ਕਿਸੇ ਨਾ ਕਿਸੇ ਤਰੀਕੇ ਨਾਲ, ਨਾ ਵੀ ਕੋਈ ਸਾਂਭੂਗਾ ਉਦਾਂ ਹੀ ਨੇਸ ਤੋਂ ਨਬੂਦ ਹੋ ਜਾਣਾ, ਮਿੱਟੀ ਵਿੱਚ ਮਿਲ ਜਾਣਾ। ਅਸਲ ਵਿੱਚ ਗੱਲ ਤਾਂ ਤੇਰੇ ਜੀਓ ਦੀ ਆ, ਜਿਹੜਾ ਤੇਰੇ ਅੰਦਰ ਵੱਸ ਰਿਹਾ, ਜਿਹੜਾ ਇਹ ਸਰੀਰ ਵਿੱਚ ਚੱਲ ਰਿਹਾ, ਚਲਾ ਰਿਹਾ ਇਸ ਸਰੀਰ ਨੂੰ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਨੌ ਦਰ ਠਾਕੇ ਹੁਕਮ ਸੱਚਾ ਹੰਸ ਗਿਆ ਗਏ ਨਾਰੇ। ਕਹਿੰਦੇ ਨੇ ਕਿ ਹੰਸ ਜਿਹੜਾ ਅਸਮਾਨ ਵਿੱਚ ਉੱਡ ਜਾਂਦਾ ਹੈ, ਪ੍ਰਾਣ ਪੰਖੇਰੂ ਉੱਡ ਜਾਂਦੇ ਆ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾ ਧਨ ਛੁੱਟੀ ਮੁੱਠੀ ਝੂਠ ਵਿਦਨੀਆਂ ਮਿਰਤਕੜਾ ਅੰਗਣੜੇ ਬਾਰੇ। ਕਹਿੰਦੇ ਨੇ ਕਿ ਜਿਹੜਾ ਸਾ ਧਨ ਛੁੱਟੀ ਮੁੱਠੀ ਝੂਠ ਵਿਦਨੀਆਂ, ਕਹਿੰਦੇ ਨੇ ਕਿ ਇਹ ਜਿਹੜਾ ਸਰੀਰ ਹੈ ਇਹ ਜਦੋਂ ਨਾਸ ਹੋ ਜਾਂਦਾ, ਸਾ ਧਨ ਤੋਂ ਭਾਵ ਇਸਤਰੀ ਕਾਇਆ ਜੀਵ ਆਸਤਵਾ ਆਤਮਾ ਇਸਤਰੀ, ਇਕੱਲੀ ਰਹਿ ਗਈ, ਇਹ ਬਿਲਕੁਲ ਉਹ ਇਕੱਲੀ ਰਹਿ ਜਾਂਦੀ ਹੈ।
ਜਦੋਂ ਸਰੀਰ ਵਿੱਚ ਹੁੰਦੀ ਹੈ ਇਹਦੇ ਭਰਾ ਹੁੰਦੇ ਆ, ਇਹਦੀਆਂ ਭੈਣਾਂ ਹੁੰਦੀਆਂ, ਇਹਦੇ ਮਾਂ ਬਾਪ ਹੁੰਦੇ ਆ, ਇਹਦੇ ਧੀਆਂ ਪੁੱਤਰ ਹੁੰਦੇ ਆ, ਇਹਦੇ ਰਿਸ਼ਤੇਦਾਰ ਹੁੰਦੇ ਆ। ਪਰ ਜਦੋਂ ਬੰਦਾ ਮਰ ਜਾਂਦਾ ਨਾ, ਉਹਦਾ ਕੋਈ ਭੈਣ ਭਰਾ ਨਹੀਂ, ਉਹਦਾ ਕੋਈ ਮਾਂ ਬਾਪ ਨਹੀਂ, ਉਹਦੇ ਕੋਈ ਧੀਆਂ ਪੁੱਤਰ ਨਹੀਂ, ਉਹਦੇ ਕੋਈ ਰਿਸ਼ਤੇਦਾਰ ਨਾਤੇਦਾਰ ਨਹੀਂ। ਇਸ ਕਰਕੇ ਇਹ ਇਕੱਲੀ ਰਹਿ ਜਾਂਦੀ ਹੈ, ਜਿੰਦ ਇਕੱਲੀ। ਤਾਂ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਕਿ ਜੋ ਤੈਨੂੰ ਭੋਗਣਾ ਪੈਣਾ ਉਹ ਤੈਨੂੰ ਇਕੱਲੇ ਨੂੰ ਹੀ ਭੋਗਣਾ ਪੈਣਾ। ਚੰਗਾ ਮੰਦਾ ਜੋ ਵੀ ਤੇਰਾ ਫਲ ਹੈ ਨਾ, ਜੋ ਸਿੱਟਾ ਏ, ਉਹ ਤੇਰੇ ਸਾਰੇ ਜੀਆਂ ਦਾ ਨਹੀਂ ਹੈ। ਜਿਨ੍ਹਾਂ ਦੀ ਖਾਤਰ ਤੂੰ ਪਾਪ ਕਰਦਾ ਫਿਰਦਾ ਨਾ, ਉਹਨਾਂ ਤੇਰੇ ਭਾਗੀਦਾਰ ਥੋੜ੍ਹੀ ਬਣਨ। ਅਖੀਰ 'ਤੇ ਤੇਰਾ ਜਿਹੜਾ ਸਫਲ ਹੈ, ਉਹ ਸਫਰ ਹੈ, ਉਹ ਤੇਰਾ ਇਕੱਲੇ ਦਾ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਾ ਧਨ ਛੁੱਟੀ। ਜਦ ਇਹ ਪਤੀ ਜੀਵ ਆਤਮਾ ਚਲੀ ਜਾਂਦੀ ਹੈ, ਨਖਸਮੀ ਇਸਤਰੀ ਇਕੱਲੀ ਰਹਿ ਜਾਂਦੀ ਹੈ, ਜਿਹੜਾ ਇਹ ਜਿਹੜਾ ਸਰੀਰ ਹੈ ਇਹ ਵੀ ਇੱਥੇ ਪਿਆ ਰਹਿ ਜਾਂਦਾ ਹੈ, ਵੱਖਰਾ ਹੋ ਜਾਂਦਾ, ਵਿਛੋੜਾ ਪੈ ਜਾਂਦਾ ਹੈ। ਸਾ ਧਨ ਛੁੱਟੀ ਮੁੱਠੀ, ਮੁੱਠੀ ਤੋਂ ਭਾਵ ਠੱਗੀ ਜਾਣਾ, ਝੂਠੀ ਵਿਧਨੀਆਂ, ਝੂਠੀ ਵਿਧਨੀਆਂ ਤੋਂ ਭਾਵ ਨਖਸਮੀ ਹੋ ਜਾਣਾ, ਅਤੇ ਮ੍ਰਿਤਕ ਮ੍ਰਿਤਕ ਮ੍ਰਿਤਕੜਾ ਤੋਂ ਭਾਵ ਹੈ ਲੋਥ। ਜਿੱਦਾਂ ਆਪਾਂ ਕਹਿੰਦੇ ਨੇ ਮ੍ਰਿਤਕ ਪ੍ਰਾਣੀ, ਕੋਈ ਇਹ ਥੋੜ੍ਹਾ ਕਹਿੰਦਾ ਕਿ ਜਿਉਂਦੇ ਜਾਗਦੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਇਹ ਅਰਦਾਸ ਕੀਤੀ ਜਾਂਦੀ ਨਾ ਮ੍ਰਿਤਕ ਪ੍ਰਾਣੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਕਿਉਂਕਿ ਲੋਥ ਬਣ ਗਈ, ਵਿੱਚ ਜੀਓ ਨਾ ਰਿਹਾ। ਕਹਿੰਦੇ ਨੇ ਕਿ ਅੰਗਣੜੇ ਤੋਂ ਭਾਵ ਵਿਹੜੇ ਵਿੱਚ ਪਿਆ ਹੁੰਦਾ, ਕਿਹੜੇ ਲੋਥ ਜਿਹੜੀ ਆ ਵਿਹੜੇ ਵਿੱਚ ਪਈ ਹੁੰਦੀ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਸਾ ਧਨ ਛੁੱਟੀ ਮੁੱਠੀ ਝੂਠ ਵਿਧਨੀਆਂ ਮ੍ਰਿਤਕੜਾ ਅੰਗਣੜੇ ਬਾਰੇ ਕਹਿੰਦੇ ਨੇ ਕਿ ਘਰ ਦੇ ਵਿੱਚ ਵਿਹੜੇ ਵਿੱਚ ਵਿਆਹ ਹੁੰਦਾ ਹੈ। ਸੁਰਤ ਮੋਈ ਮਰ ਮਾਈਏ, ਹੇ ਮੇਰੀ ਮਾਂ ਸੁਰਤ ਮਰ ਗਈ, ਭਾਵ ਇਹ ਜਿਹੜਾ ਜੀਓ ਸੀ ਇਹ ਜਾਂਦਾ ਰਿਹਾ ਇਸ ਸਰੀਰ ਦੇ ਵਿੱਚੋਂ। ਮਹਿਲ ਰੁੰਨੀ ਦਰ ਬਾਰੇ ਕਹਿੰਦੇ ਨੇ ਕਿ ਜਿਹੜਾ ਮਹਿਲ ਹੈ ਇਹਦੇ ਵਿੱਚ ਹੁਣ ਰੁਦਨ ਚੱਲ ਪਿਆ, ਇਹਦੇ ਵਿੱਚ ਰੋਣ ਪਿੱਟਣ ਚੱਲ ਪਿਆ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜਿਸ ਨੂੰ ਵੇਖ ਵੇਖ ਕੇ ਉਹ ਇਸਤਰੀ ਜਿਹੜੀ ਦਲੀਜਾਂ ਵਿੱਚ ਬੈਠੀ ਹੋਈ ਹੈ, ਜਿਹਦਾ ਪਤੀ ਜਾ ਚੁੱਕਾ ਦਾ ਚੜ੍ਹਾਈ ਕਰਦਾ, ਉਹ ਆਖਦੀ ਹੈ ਕਿ ਇਹ ਮੇਰੀ ਮਾਏ, ਇਸ ਮੌਤ ਨੂੰ ਵੇਖ ਕੇ ਮੇਰੀ ਅਕਲ ਟਿਕਾਣੇ ਨਹੀਂ ਰਹਿ ਗਈ, ਮੈਨੂੰ ਕੋਈ ਸੁੱਝ ਨਹੀਂ ਰਿਹਾ ਮੈਂ ਕੀ ਕਰਾਂ। ਜਦੋਂ ਵਹਿਣ ਪੈਂਦੇ ਰੋਂਦਾ ਹੈ ਨਾ ਕੋਈ ਜੀਵ, ਜਦੋਂ ਚਲਿਆ ਜਾਂਦਾ ਹੈ ਉਹਦੇ ਤੋਂ ਬਾਅਦ ਰੋਇਆ ਜਾਂਦਾ, ਇਹੋ ਕਿਹਾ ਜਾਂਦਾ ਕਿ ਮੈਨੂੰ ਨਹੀਂ ਪਤਾ ਮੈਂ ਕੀ ਕਰਾਂ, ਮੈਨੂੰ ਨਹੀਂ ਕੁਝ ਸੁੱਝ ਰਿਹਾ, ਕਿਉਂਕਿ ਅਕਲ ਟਿਕਾਣੇ ਨਹੀਂ ਰਹਿ ਜਾਂਦੀ। ਮੌਤ ਏਡਾ ਵੱਡਾ ਝਟਕਾ, ਇੰਨੀ ਵੱਡੀ ਸੱਟ ਆ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਰੋਵ ਹੋ ਕੰਤ ਮਹਿਲੀਓ ਸੱਚੇ ਕੇ ਗੁਣ ਸਾਰੇ। ਕਹਿੰਦੇ ਨੇ ਕਿ ਰੋਵ ਹੋ ਕੰਤ ਮਹਿਲੀਓ, ਇਹ ਪ੍ਰਭੂ ਕੰਤ ਜੀਵ ਦੀਓ ਇਸਤਰੀਓ, ਤੁਸੀਂ ਸੱਚੇ ਪਰਮਾਤਮਾ ਨੂੰ ਇਸ ਤਰੀਕੇ ਨਾਲ ਰੋਣਾ ਕਰੋ ਜਿੱਦਾਂ ਤੁਸੀਂ ਆਪਣੇ ਮਰ ਚੁੱਕੇ ਜੀਵ ਨੂੰ ਰੋਂਦੇ। ਅਸਲ ਰੋਣਾ ਪ੍ਰਮਾਣ ਹੋ ਜਾਵੇਗਾ ਜਦੋਂ ਅਸੀਂ ਆਪਣੇ ਜਿਵੇਂ ਮਰ ਚੁੱਕੇ ਜੀਵ ਨੂੰ ਰੋਂਦੇ ਹਾਂ, ਇਹ ਤਾਂ ਪਰਮਾਤਮਾ ਦੇ ਵਿਛੋੜੇ ਵਿੱਚ ਰੋਵਾਂਗੇ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਇੱਥੋਂ ਤੱਕ ਵਿਚਾਰ ਜਿਹੜੀ ਹੈ ਅੱਜ ਦੀ ਪਾਵਨ ਪਵਿੱਤਰ ਵਿਚਾਰ ਵਿੱਚ ਆਪਾਂ ਸਰਵਣ ਕਰਾਂਗੇ। ਬਾਕੀ ਦੇ ਰਹਿ ਚੁੱਕੇ ਬੰਦਾਂ ਦੀ ਵਿਚਾਰ ਕੱਲ੍ਹ ਨੂੰ ਸਰਵਣ ਕਰਾਂਗੇ ਕਿ ਕਿਵੇਂ ਮਲ ਮਲ ਕੇ ਮਰ ਚੁੱਕੇ ਨੂੰ ਨਵਾਇਆ ਜਾਂਦਾ ਹੈ, ਕਿਵੇਂ ਉਹਨੂੰ ਰੁਖਸਤ ਕੀਤਾ ਜਾਂਦਾ ਹੈ, ਕਿਉਂਕਿ ਸਾਡੀ ਇਹ ਸਰੀਰ ਦੇ ਨਾਲ ਜੁੜੀ ਹੋਈ ਇਹ ਵਿਚਾਰ ਹੈ, ਅਤੇ ਇਹਨੂੰ ਆਪਾਂ ਇਹਨਾਂ ਚੀਜ਼ਾਂ ਨੂੰ ਅੱਗੇ ਰੱਖ ਕੇ ਵਿਚਾਰਾਂਗੇ ਕਿ ਆਪਾਂ ਜੀਵ ਦਾ ਕਿਵੇਂ ਤੋਰਨਾ ਕਰਦੇ ਹਾਂ, ਕਿਵੇਂ ਦੀ ਉਦੋਂ ਸਾਡੀ ਹਾਲਤ ਹੁੰਦੀ ਹੈ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਜੋ ਪਾਵਨ ਪਵਿੱਤਰ ਵਿਚਾਰਾਂ ਆਪਾਂ ਸਰਵਣ ਕਰਦੇ ਹਾਂ ਉਹਨਾਂ ਵਿਚਾਰਾਂ ਦੇ ਅਨੁਸਾਰ ਸਾਨੂੰ ਚੱਲਣਾ ਆ ਜਾਵੇ, ਤਾਂ ਹੀ ਸਾਡੇ ਲੋਕ ਸੁਖੀਏ ਪ੍ਰਲੋਕ ਸੇਲੇ ਹੋ ਸਕਦੇ। ਇੱਥੋਂ ਤੱਕ ਪੰਜ ਬੰਦਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਬਾਕੀ ਦੀ ਵਿਚਾਰ ਕੱਲ੍ਹ ਦੀ ਵਿਚਾਰ ਹੋਏ। ਸਤਿਗੁਰੂ ਪਾਤਸ਼ਾਹ ਰਹਿਮਤ ਕਰਕੇ ਆਪ ਕਰਵਾਉਣ ਦੀ ਕਿਰਪਾਲਤਾ ਕਰਨ ਜੀ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਆਓ ਕਿਹੜੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰਨੀ ਕਰੀਏ। ਸਤਿਗੁਰੂ ਕਿਰਪਾ ਕਰਦੇ ਨੇ, ਰੋ ਵਹੋ ਕੰਤ ਮਹਿਲੀਓ
ਸੱਚੇ ਕੇ ਗੁਣ ਸਾਰੇ ਸੁਰਤ ਮੋਈ ਮਰ ਮਾਈਏ ਮਹਿਲ ਰੁਨੀ ਦਰਬਾਰੇ ਰੋਵੋ ਕੰਤ ਮਹਿਲੀਓ ਸੱਚੇ ਕੇ ਗੁਣ ਸਾਰੇ ਸਤਿਗੁਰੂ ਪਾਤਸ਼ਾਹ ਰਹਿਮ ਕਰਨ। ਇਹ ਪਾਵਨ ਪਵਿੱਤਰ ਵਿਚਾਰ ਸਰਵਣ ਕਰਦਿਆਂ ਕਰਦਿਆਂ ਸਾਨੂੰ ਜੀਵਨ ਦੀ ਹਕੀਕਤ ਸਮਝ ਆ ਜਾਵੇ ਤਾਂ ਹੀ ਸਾਡੇ ਲੋਕ ਸੁਖੀ ਹੈ, ਪਰਲੋਕ ਸੇਵੇ ਹੋ ਸਕਦੇ ਆ। ਇਹ ਬਾਣੀ ਦੀ ਵਿਚਾਰ ਤਾਂ ਹੀ ਆਪਾਂ ਰੋਜ਼ਾਨਾ ਕਰਦੇ ਹਾਂ ਕਿ ਅਸੀਂ ਸਮਝ ਸਕੀਏ ਕਿ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਅਤੇ ਅਸੀਂ ਕਿਵੇਂ ਦਾ ਬਣਾਇਆ ਹੋਇਆ, ਕਿਵੇਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਆਪਣੇ ਚਰਨਾਂ 'ਚ ਪ੍ਰਵਾਨ ਕਰਨਾ ਹੈ, ਕਿਹੋ ਜਿਹੀ ਵਿਰਤੀ ਹੋਣੀ ਚਾਹੀਦੀ, ਕਿਹੋ ਜਿਹੀ ਸੁਰਤੀ ਹੋਣੀ ਚਾਹੀਦੀ ਆ। ਸੋ ਸਤਿਗੁਰੂ ਪਾਤਸ਼ਾਹ ਰਹਿਣ ਕਰਨਾ ਗੁਰਸਵਾਰ ਸ਼ਬਦ ਦੁਆਰਾ ਆਪਣੀ ਹਾਜ਼ਰੀ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਚ ਲਾਉਣ ਦਾ ਯਤਨ ਕਰੀਏ ਜੀ। ਸਾਰੀ ਸੰਗਤ ਮਿਲ ਕੇ ਪੜ੍ਹਨ ਦਾ ਯਤਨ ਕਰਿਆ ਕਰੋ। ਭੂਲੇ ਮਾਰਗ ਜੀ ਨੇ ਬਤਾਇਆ, 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 ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ।